ਜਿਹੜੇ ਪਿਛਲੇ 10 ਸਾਲ ਨੇ ਜੀ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਪੂਰੇ ਵਾਅਦੇ ਨਹੀਂ ਕੀਤੇ ਅਤੇ ਜਿਹੜੇ ਹੁਣ ਅੱਗੋਂ ਵੀ ਕਈ ਜਾ ਰਹੇ ਨੇ ਕਈ ਇੰਝ ਕਰਾਂਗੇ ਉਹ ਕਰਾਂਗੇ ਬੜਾ ਕੁਝ ਕਈ ਜਾ ਰਹੇ ਨੇ ਪਰ ਕੋਈ ਇਹਨਾਂ 'ਤੇ ਹੁਣ ਇਤਬਾਰ ਨਹੀਂ ਕਰ ਰਿਹਾ ਕੋਈ ਵੀ ਬੰਦਾ ਇਸ ਕਰਕੇ ਅਸੀਂ ਇਹਨਾਂ ਨੂੰ ਵੋਟ ਨਹੀਂ ਕਿਸੇ ਨੂੰ ਵੀ ਪਾਉਣੀ 2024 ਦੇ ਉਮੀਦਵਾਰ ਤਾਂ ਦੇਖੋ ਜੀ ਜਿਹੜੀ ਆਮ ਜਨਤਾ ਦੇ ਦੁਖੀ ਹੈ ਵੱਡਾ ਕੰਮ ਲੁੱਟਾਂ ਖੋਹਾਂ ਦਾ ਇਹ ਨਹੀਂ ਬੰਦ ਹੁੰਦਾ ਮਾਰੋ ਮਰਾਏ ਮਾਰੀ ਜਾਂਦੇ ਦਿਨੇ ਲੁੱਟੀ ਜਾਂਦੀ ਲੋਕਾਂ ਨੂੰ ਸਫਾਈ ਹੋਣਾ ਚਾਹੀਦਾ ਸਿਲੰਡਰ ਬਹੁਤ ਮੁਸ਼ਕਲ ਆਉਂਦੀ ਹੈ ਜੀ ਘਰ ਨਹੀਂ ਪਾਲੇ ਜਾਂਦੇ ਹੈਗੇ ਗਰੀਬ ਬੱਚਿਆਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ ਪ੍ਰੋਬਲਮ ਆਉਂਦੀ ਆ ਓਨੀ ਕਮਾਈ ਨਹੀਂ ਹੁੰਦੀ ਜਿੰਨੇ ਖਰਚੇ ਵਧੇ ਹੋਏ ਆ ਜੀ ਵਾਅਦੇ ਕਰੀ ਜਾਂਦੀਆਂ ਸਰਕਾਰਾਂ ਜੀ ਪਰ ਦਿੰਦੇ ਕੁਛ ਉਮੀਦ ਕੀ ਹੈ ਭਾਅ ਜੀ ਹੁਣ ਨਵੇਂ ਵੀ ਆਉਣਗੇ ਉਮੀਦਵਾਰ ਉਹ ਵੀ ਉਹੀ ਵਾਅਦੇ ਕਰਨਗੇ ਹੈ ਨਾ ਕਹਿਣਗੇ ਵੀ ਅਸੀਂ ਵਾਅਦੇ ਪੂਰੇ ਕਰਾਂਗੇ ਅੱਜ ਵੋਟ ਪਾ ਦਿਓ ਹੁਣ ਉਮੀਦ ਕੀ ਹੈ ਉਹਨਾਂ ਤੋਂ ਹੁਣ ਕੋਈ ਉਮੀਦ ਨਹੀਂ ਹੁਣ ਤਾਂ ਆਪਣੇ ਆਪ 'ਤੇ ਉਮੀਦ ਆ ਕੀ ਕਹਿੰਦੀ ਜਨਤਾ ਪ੍ਰੋਗਰਾਮ ਦੇ ਤਹਿਤ ਅਸੀਂ ਆਮ ਲੋਕਾਂ ਦੇ ਨਾਲ ਆਮ ਬੱਸਾਂ ਦੇ ਵਿੱਚ ਆਮ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਗੱਲਬਾਤ ਕਰ ਰਿਹਾ ਲੋਕ ਸਭਾ 2024 ਦੀ ਚੋਣਾਂ ਆ ਰਹੀਆਂ ਨੇ ਹਰ ਉਮੀਦਵਾਰ ਕੋਈ ਨਾ ਕੋਈ ਵਾਅਦਾ ਕਰ ਰਿਹਾ ਹਰ ਪਾਰਟੀ ਕੋਈ ਨਾ ਕੋਈ ਵਾਅਦਾ ਕਰ ਰਹੀ ਹੈ ਪਰ ਕੀ ਪਿਛਲੇ ਵਾਅਦੇ ਪੂਰੇ ਹੋਏ ਕੀ ਲੋਕਾਂ ਨੂੰ ਹੁਣ ਨਵੇਂ ਉਮੀਦਵਾਰਾਂ ਕੀ ਉਮੀਦ ਹੈ ਗੱਲਬਾਤ ਲੋਕਾਂ ਦੇ ਨਾਲ ਕਰਦੇ ਹਾਂ ਅੱਜ ਵੀ ਇੱਕ ਬੱਸ ਦੇ ਵਿੱਚ ਇੱਕ ਲਾਰੀ ਦੇ ਵਿੱਚ ਸਫ਼ਰ ਕਰ ਰਹੇ ਹਾਂ ਉਹਨਾਂ ਆਮ ਲੋਕਾਂ ਦੇ ਨਾਲ ਜਾਣਦੇ ਹਾਂ ਕਿ ਜੋ ਵਾਅਦੇ ਕੀਤੇ ਸੀਗੇ ਪੂਰੇ ਹੋਏ ਜਾਂ ਅਗਲੇ ਉਮੀਦਵਾਰਾਂ ਤੋਂ ਹੁਣ ਕੀ ਉਮੀਦ ਰੱਖ ਰਹੇ ਨੇ ਗੱਲਬਾਤ ਕਰਦੇ ਹਾਂ ਭਾਅ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਮਨਜੀਤ ਸਿੰਘ ਹੈ ਕਿੱਥੋਂ ਆਏ ਲੁਧਿਆਣੇ ਤੋਂ ਲੁਧਿਆਣੇ ਤੋਂ ਹਾਂਜੀ ਅਤੇ 2024 ਦੀ ਚੋਣਾਂ ਆ ਰਹੀਆਂ ਲੋਕ ਸਭਾ ਹਰ ਕੋਈ ਉਮੀਦਵਾਰ ਕੋਈ ਨਾ ਕੋਈ ਐਲਾਨ ਕਰ ਰਿਹਾ ਸੀ ਆਹ ਦੇਵਾਂਗੇ ਪਿਛਲੇ 10 ਸਾਲ ਕਿਵੇਂ ਰਹੇ ਪਹਿਲਾਂ ਸਰਕਾਰ ਜਿਹੜੇ ਪਿਛਲੇ 10 ਸਾਲ ਨੇ ਜੀ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਪੂਰੇ ਵਾਅਦੇ ਨਹੀਂ ਕੀਤੇ ਠੀਕ ਹੈ ਅਤੇ ਜਿਹੜੇ ਹੁਣ ਅੱਗੋਂ ਵੀ ਕਈ ਜਾ ਰਹੇ ਨੇ ਕਈ ਇੰਝ ਕਰਾਂਗੇ ਉਹ ਕਰਾਂਗੇ ਬੜਾ ਕੁਝ ਕਈ ਜਾ ਰਹੇ ਨੇ ਪਰ ਕੋਈ ਇਹਨਾਂ 'ਤੇ ਹੁਣ ਇਤਬਾਰ ਨਹੀਂ ਕਰ ਰਿਹਾ ਕੋਈ ਵੀ ਬੰਦਾ ਇਸ ਕਰਕੇ ਅਸੀਂ ਇਹਨਾਂ ਨੂੰ ਵੋਟ ਨਹੀਂ ਕਿਸੇ ਨੂੰ ਵੀ ਪਾਉਣੀ ਤੁਹਾਡੀ ਕੀ ਮੰਗ ਆ ਆਮ ਲੋਕ ਦੀ ਕੀ ਮੰਗ ਆ ਆਮ ਵਰਗ ਕੀ ਮੰਗਦਾ ਕੀ ਉਹ ਰਾਸ਼ਨ ਮੰਗਦਾ ਪਾਣੀ ਮੰਗਦਾ ਮੁਫਤ ਸਫ਼ਰ ਮੰਗਦਾ ਕੀ ਤੁਹਾਡੀ ਕੀ ਮੰਗ ਆ ਨਹੀਂ ਜੀ ਅਸੀਂ ਆਮ ਉਹ ਚੀਜ਼ਾਂ 'ਤੇ ਨਹੀਂ ਮੰਗਦੇ ਅਸੀਂ ਤਾਂ ਕਹਿੰਦੇ ਸਗੋਂ ਸਫ਼ਰ ਦੇ ਵਿੱਚ ਵੀ ਅੱਧੇ ਪੈਸੇ ਲਾਉਣ ਭਾਵੇਂ ਕੁਛ ਘੱਟ ਕਰਨ ਪਤਾ ਸਹੀ ਤਰੀਕੇ ਚਲਾਉਣ ਬੱਸਾਂ ਵਾਲੇ ਵੱਖਰੇ ਰੋਈ ਜਾਂਦੇ ਨੇ ਜੀ ਸਾਨੂੰ ਬਚਦਾ ਕੁਝ ਨਹੀਂ ਜੀ ਇਹਨਾਂ ਨੇ ਟਿਕਟਾਂ ਲੇਡੀਜ਼ ਦੀਆਂ ਫ੍ਰੀ ਕਰ ਦਿੱਤੀਆਂ ਨੇ ਇਸ ਕਰਕੇ ਉਹ ਵੀ ਰੋਈ ਜਾਂਦੇ ਨੇ ਬਾਕੀ ਪਾਸੇ ਵੀ ਇਹਨਾਂ ਦੇ ਕੰਮ ਇੱਦਾਂ ਹੀ ਚੱਲੀ ਜਾਂਦੇ ਨੇ ਕੋਈ ਕੰਮ ਸਹੀ ਨਹੀਂ ਹੈਗਾ ਅਤੇ ਕਿਵੇਂ 2024 ਦੀ ਚੋਣ ਆ ਰਹੀ ਆ ਉਮੀਦਵਾਰਾਂ ਤੋਂ ਕੀ ਉਮੀਦ ਆ 2024 ਦੇ ਉਮੀਦਵਾਰ ਤਾਂ ਦੇਖੋ ਜੀ ਜਿਹੜੀ ਆਮ ਜਨਤਾ ਦੇ ਦੁਖੀ ਹੈ ਇਸ ਕਰਕੇ ਆਮ ਜਨਤਾ ਕਹਿੰਦੀ ਵੀ ਅਸੀਂ ਇਸ ਪਾਸੇ ਵੋਟਾਂ ਵਾਲੇ ਪਾਸੇ ਅਤੇ ਇਹਨਾਂ ਨੇ ਵੀ ਕੀ ਕੀਤਾ ਅਤੇ ਉਹਨਾਂ ਨੇ ਵੀ ਕੀ ਕੀਤਾ ਸਾਰਿਆਂ ਨੂੰ ਇੱਕੋ ਪਾਸੇ ਲਾਉਂਦੀ ਹੈ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਕੁਛ ਬਾਬਾ ਜੀ ਬਾਬਾ ਜੀ ਕੀ ਨਾਮ ਜੀ ਆਪਣਾ ਗੁਰਨਾਮ ਸਿੰਘ ਜੀ ਗੁਰਨਾਮ ਸਿੰਘ ਕਿੱਥੋਂ ਆਏ ਜੀਰਾ ਤੋਂ ਅਤੇ 2024 ਦੀ ਚੋਣਾਂ ਆ ਰਹੀਆਂ ਬਹੁਤ ਸਾਰੇ ਉਮੀਦਵਾਰ ਵਾਅਦੇ ਕਰਦੇ ਆ ਤੁਸੀਂ ਵੀ ਲੰਮਾ ਸਮਾਂ ਲੋਕਾਂ ਦੇ ਵਿੱਚ ਵਿਚ ਰਹੇ ਹੋ ਉਮੀਦਾਂ ਬਹੁਤ ਹੁੰਦੀਆਂ ਸਰਕਾਰਾਂ ਤੋਂ ਕਿਵੇਂ ਦੇ ਲੱਗੇ 10 ਸਾਲ ਪਿਛਲੇ 10 ਸਾਲ ਸਰਕਾਰ ਦੇ ਕੀ ਵਾਅਦੇ ਕੀਤੇ ਜੀ ਸੀਗੇ ਉਹ ਪੂਰੇ ਹੋਏ ਪਹਿਲੇ ਤਾਂ ਗੱਲ ਵੱਡਾ ਕੰਮ ਲੁੱਟਾਂ ਖੋਹਾਂ ਦਾ ਇਹ ਨਹੀਂ ਬੰਦ ਹੁੰਦਾ ਮਾਰੋ ਮਰਾਏ ਮਾਰੀ ਜਾਂਦੇ ਦਿਨੇ ਲੁੱਟੀ ਜਾਂਦੀ ਲੋਕਾਂ ਨੂੰ ਬਾਜ਼ਾਰ ਦੇ ਵਿੱਚ ਲੁੱਟੀ ਜਾਂਦੇ ਕੋਈ ਵੇਹਦਾ ਨਹੀਂ ਕੋਈ ਪੁੱਛਦਾ ਨਹੀਂਗਾ ਅਸੀਂ ਤਾਂ ਅਕਾਲੀ ਦਲ ਨੂੰ ਸਪੋਰਟ ਪਾਵਾਂਗੇ ਅਤੇ ਹੁਣ ਅਗਲੀ ਸਰਕਾਰ ਤੋਂ ਕੀ ਉਮੀਦ ਆ ਵਾ ਕੋਈ ਕੋਈ ਜਿਵੇਂ ਕੋਈ ਮੰਗ ਹੁੰਦੀ ਆ ਕੋਈ ਕਹਿੰਦਾ ਮੇਰੇ ਜਵਾਕ ਨੂੰ ਨੌਕਰੀ ਮਿਲੇ ਕੋਈ ਕਹਿੰਦਾ ਵੀ ਸਿਹਤ ਸੁਵਿਧਾ ਵਧੀਆ ਮਿਲੇ ਸਾਨੂੰ ਹੈ ਨਾ ਜਾਂ ਦਵਾਈ ਬੂਟੀ ਲੈਣ ਜਾਂਦੇ ਹਾਂ ਤਾਂ ਸਹੀ ਮਿਲੇ ਦਵਾਈ ਸਾਨੂੰ ਲੈਣਾ ਚ ਨਾ ਲੱਗਣਾ ਪਵੇ ਕੀ ਮੰਗ ਕੀ ਆ ਡਾਕਟਰੀ ਸਹਾਇਤਾ ਚੰਗੀ ਹੋਣੀ ਚਾਹੀਦੀ ਅਤੇ ਐਜੂਕੇਸ਼ਨ ਚੰਗੀ ਹੋਣੀ ਚਾਹੀਦੀ ਆ ਹਾਂ ਚੰਗੀ ਹੋਣੀ ਚਾਹੀਦੀ ਆ ਅਤੇ ਅੱਤਵਾਦ ਤੋਂ ਬਚਣਾ ਚਾਹੀਦਾ ਜਿਹੜਾ ਕੰਮ ਅੱਤਵਾਦ ਨਾਲ ਵਧੀਆ ਦਿਨ ਲੁੱਟੀ ਜਾਂਦੇ ਆ ਹਾਂ ਠੀਕ ਹੈ
ਕੁਛ ਹੋਰ ਲੋਕ ਵੀ ਮੌਜੂਦ ਨੇ, ਕਹਿੰਦੇ ਚਿੱਟੀ ਦਾੜੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਬੰਦੇ ਨੂੰ ਕਿੰਨੀ ਕੁ ਲੋਕਾਂ ਦੇ ਵਿੱਚ ਵਿਚਰਿਆ ਹੋਰਾਂ ਨਾਲ ਗੱਲਬਾਤ। ਕੀ ਨਾਮ ਹੈ ਜੀ? ਗੁਰਦੀਪ ਸਿੰਘ ਜੀ। ਕਿੱਥੋਂ ਆਏ ਜੀ? ਜੀਰੇ ਤੋਂ ਜੀ। ਜੀਰੇ ਤੋਂ ਇੱਥੇ ਕੰਮ ਆਏ ਸੀ ਕੋਈ? ਹਾਂਜੀ। ਕੀ ਕੰਮ ਆਏ ਸੀ? ਆਪਣਾ CBSE ਬੋਰਡ ਤੇ ਆਏ ਸੀ ਇੱਥੇ। ਅੱਛਾ ਅੱਛਾ। ਹਾਂਜੀ। ਤੇ ਹੁਣ CBSE ਬੋਰਡ ਆਏ ਸੀ, ਸਿੱਖਿਆ ਦੇ ਮਨਾਰ ਦੀ ਗੱਲ ਕਰ ਲੈਂਦੇ ਹਾਂ, ਸਿੱਖਿਆ ਦਾ ਮਨਾਰ ਕਿਵੇਂ ਦਾ ਲੱਗਿਆ ਸਰਕਾਰ ਦਾ? ਸਰਕਾਰ ਕਹਿੰਦੀ ਆ ਅਸੀਂ ਐਜੂਕੇਸ਼ਨ ਪਾਲਿਸੀਆਂ ਚੰਗੀਆਂ ਲੈਂਦੀਆਂ, ਜਵਾਕਾਂ ਨੂੰ ਪੜ੍ਹਾਈ ਵਧੀਆ ਦੇ ਰਹੀ। ਹਾਂਜੀ, ਉੱਥੇ ਜੀ ਬਹੁਤ ਕੋਈ ਵੀ ਜਿਵੇਂ ਆਪਣਾ ਕੋਈ ਸਰਟੀਫਿਕੇਟ ਮਿਲਦਾ ਉਹਦੇ ਵਿੱਚ ਮਿਸਟੇਕ ਹੁੰਦੀਆਂ ਉਹ ਸਹੀ ਕਰਨ ਆਉਂਦੇ ਆ ਦੂਰੋਂ ਦੂਰੋਂ ਦਿੱਲੀਓਂ ਤੋਂ। ਮੈਂ ਅੱਜ ਵੇਖਿਆ ਦਿੱਲੀ ਤੋਂ ਆਏ ਸੀਗੇ। ਅੱਛਾ। ਬਸ ਉਹ ਜਿਵੇਂ ਪੜ੍ਹੇ ਲਿਖੇ ਵੀ ਆ ਜਿਹੜੇ ਆਉਂਦੇ ਆ, ਕੋਈ ਉਹਨਾਂ ਦੀ ਸੁਣਵਾਈ ਨਹੀਂ ਆਉਂਦੀ ਚੰਗੀ ਤਰ੍ਹਾਂ, ਕੋਈ ਤੇ ਕੋਈ ਇੱਧਰ ਜਾਂਦਾ ਕੋਈ ਇੱਧਰ ਜਾਂਦਾ, ਪਰੇਸ਼ਾਨ ਕੰਮ ਛੱਡ ਕੇ ਆਉਂਦੇ ਆ, ਸਹੀ ਨਹੀਂ ਕੰਮ ਆਉਂਦੇ ਗੇ ਉਹਨਾਂ ਦੇ, ਅਤੇ ਗੇੜੇ ਬਹੁਤ ਮਾਰਨੇ ਪੈਂਦੇ ਆ। ਜਿਹੜਾ ਅਣਜਾਣ ਬੰਦਾ ਹੁੰਦਾ ਪਹਿਲੀ ਵਾਰ ਕੋਈ ਕੰਮ ਕਰਦਾ ਉਹਨੂੰ ਨਹੀਂ ਪਤਾ ਹੁੰਦਾ, ਕੋਈ ਗਾਈਡੈਂਸ ਨਹੀਂ ਕਰਦੇ। ਹਾਂਜੀ। ਅਤੇ ਕੀ ਕਹਿੰਦੇ ਹੁਣ? ਕੀ ਕਹਿੰਦੇ ਫਿਰ? ਹੋ ਗਿਆ ਕੰਮ ਪਰ ਬਹੁਤ ਮਿਹਨਤ ਨਾਲ ਹੀ ਹੋਇਆ। ਹਾਂਜੀ। 2024 ਤੋਂ ਪਹਿਲਾਂ ਇੱਕ ਸਰਕਾਰ ਸੀ, ਹੈ ਨਾ, 10 ਸਾਲ ਰਹੀ ਹੈ ਸਰਕਾਰ ਕੇਂਦਰ ਦੇ ਵਿੱਚ, ਬਹੁਤ ਸਾਰੀ ਚੀਜ਼ਾਂ ਆਈਆਂ, ਹੈ ਨਾ, ਕਹਿੰਦੇ ਕੋਈ ਕਹਿੰਦਾ ਵਿਕਾਸ ਹੋਇਆ ਕੋਈ ਕਹਿੰਦਾ ਨਹੀਂ ਹੋਇਆ, ਤੁਹਾਨੂੰ ਕੀ ਲੱਗਦਾ? ਵਿਕਾਸ ਤਾਂ ਦਿਨ ਮੈਂ ਜਾਣਦਾ, ਪਰ ਜਿਹੜੀ ਹੁਣ ਵਿਦਿਆ ਪੜ੍ਹਾਈ ਆਪਣੀ ਇਹ ਬੱਚਿਆਂ ਦੀ ਬਹੁਤ, ਮਾਪਿਆਂ ਨੂੰ ਖਰਚਾ ਬਹੁਤ ਆਉਂਦਾ, ਜਿਵੇਂ ਪੰਜਾਬ ਬੋਰਡ ਮੰਨ ਲਓ ਜਾਂ ਕੋਈ ਵੀ ਬੋਰਡ ਮੰਨ ਲਓ, ਖਰਚਾ ਬਹੁਤ ਆਉਂਦਾ ਬੱਚਿਆਂ ਦਾ, ਬੱਚਿਆਂ ਦੀ ਪੜ੍ਹਾਈ 'ਤੇ ਐਨ ਸਿਲੇਬਸ ਇੱਕ ਤਰ੍ਹਾਂ ਦਾ ਕਰਨਾ ਚਾਹੀਦਾ ਪੰਜਾਬ ਦੇ ਵਿੱਚ, ਜਾਂ ਆਪਣਾ ਪੜ੍ਹਾਈ ਐਨ ਮਨਿਆਰ ਵਧੀਆ ਕਰਨਾ ਚਾਹੀਦਾ ਵਾ, ਪਰ ਇੰਨਾ ਵਧੀਆ ਨਹੀਂ ਹੋਇਆ। ਪਰ ਜਿਵੇਂ ਭਗਵੰਤ ਮਾਨ ਕਹਿੰਦਾ ਕਿ ਬਹੁਤ ਵਧੀਆ ਕੀਤਾ ਸਕੂਲਾਂ ਦੇ ਵਿੱਚ, ਕੋਈ ਇਹੋ ਜਿਹਾ ਕੋਈ ਦੇਖਣ ਨੂੰ ਮਿਲਦਾ ਨਹੀਂ ਗਾ। ਜਿਹੜੇ ਆਮ ਸਕੂਲਾਂ 'ਚ ਬੱਚੇ ਪੜ੍ਹਦੇ ਉਹਨਾਂ ਦਾ ਭਵਿੱਖ ਨਹੀਂ ਕੋਈ ਵੀ ਹੁੰਦਾ, ਬੱਚਿਆਂ ਨੂੰ ਫਿਰ ਫੀਸ ਦੇ ਕੇ ਮਹਿੰਗੀ ਫੀਸ ਦੇ ਕੇ ਚੰਗੇ ਸਕੂਲਾਂ 'ਚ ਪੜ੍ਹਾਉਣਾ ਪੈਂਦਾ, ਪਰ ਉਹ ਵੀ ਬੱਸ ਦੇ ਵਿੱਚ ਨਹੀਂ ਗੀ, ਆਮ ਬੰਦੇ ਦੇ ਵਿੱਚ ਬੱਸ ਦੀ ਗੱਲ ਨਹੀਂ ਗੀ ਇਹ ਕਿ ਮਹਿੰਗੇ ਸਕੂਲਾਂ ਵਿੱਚ ਪੜ੍ਹਾਉਣਾ। ਫਿਰ ਜਿਹੜੀ ਆਪਣੇ ਹੁਣ ਦਵਾਈਆਂ ਵਾ, ਦਵਾਈਆਂ ਦੇ ਇੰਨੇ ਇੰਨੇ ਲੈਵਲ ਉਹਦੇ ਰੇਟ ਲਿਖੇ ਹੁੰਦੇ ਆ, ਉਹ ਹੁੰਦੀਆਂ ਨਹੀਂ ਇੰਨੇ ਦੀਆਂ, ਪ੍ਰਾਈਸ ਇੰਨੇ ਹੁੰਦੇ ਨੀਗੇ। ਹਸਪਤਾਲਾਂ ਦੇ ਵਿੱਚ ਹੁਣ ਜਾਈਦਾ ਵਾ, ਸਰਕਾਰੀ ਹਸਪਤਾਲ 'ਚ ਵੀ ਜਾ ਵੜੀਏ, ਉੱਥੇ ਕਹਿ ਦਿੰਦੇ ਦਵਾਈ ਬਾਹਰ ਦੀ ਲੈ ਕੇ ਦੇ ਦਿੰਦੇ ਆ, ਕੋਈ ਦਵਾਈ ਨਹੀਂ ਮਿਲਦੀ ਉੱਥੇ। ਜਿਹੜੇ ਰੇਟ ਵਾ ਇਹਨਾਂ ਦਵਾਈ ਦੇ ਅਤੇ ਬੱਚਿਆਂ ਦੀ ਪੜ੍ਹਾਈ ਦੇ ਜ਼ਰੂਰ ਧਿਆਨ ਦੇਣਾ ਚਾਹੀਦਾ, ਕਿਉਂਕਿ ਮਾਂ ਪਿਓ ਬੱਚਿਆਂ ਦੀ ਪੜ੍ਹਾਈ 'ਤੇ ਇੰਨਾ ਖਰਚਾ ਕਰਦਾ ਕਿ ਉਹ 'ਚ ਨਹੀਂ ਕਰ ਸਕਦਾ ਗਾ। ਜੇ ਕੋਈ ਬਿਮਾਰ ਹੋ ਜਾਂਦਾ ਵਾ ਗਰੀਬ ਦੇ ਲਈ ਇਲਾਜ ਕਰਵਾਉਣਾ ਬਹੁਤ ਮੁਸ਼ਕਲ ਆ। ਹਾਂਜੀ। ਸਰ, ਲੋਕਾਂ ਦੇ ਵਿੱਚ ਵਿਚਰਦੇ ਹੋ ਨਾ, ਜਿਵੇਂ ਤੁਸੀਂ ਜਾ ਰਹੇ ਹੋ, ਪੜ੍ਹਾਈ ਵੀ ਕੀਤੀ ਹੋਈ, ਕਦੇ ਉਸ ਤੋਂ ਬਾਅਦ ਕਹਿਣਾ ਚਾਹੋਗੇ ਕੁਛ 2024 ਦੇ ਚੋਣਾਂ ਦੇ? ਮੈਂ ਬਸ ਇਹੀ ਕਹਿਣਾ ਚਾਹੂੰਗੀ ਕਿ ਮਹਿੰਗਾਈ ਕਮ ਹੋ ਜਾਏ, ਭ੍ਰਿਸ਼ਟਾਚਾਰ ਕਮ ਹੋਏ, ਕਿਉਂਕਿ ਉਸਕੇ ਬਿਨਾਂ ਦੇਸ਼ ਨਹੀਂ ਸੁਧਰ ਸਕਦਾ, ਨਹੀਂ ਸੁਧਰ ਸਕਦਾ, ਨਹੀਂ ਸੁਧਰ ਸਕਦਾ, ਬਸ ਇਹੀ ਦੋ ਚੀਜ਼ਾਂ ਮੇਰੀ ਡਿਮਾਂਡ। ਹਾਂਜੀ। ਮਦੀ ਕੀ ਨਾਮ ਹੈ ਜੀ ਆਪਣਾ? ਮਨਪ੍ਰੀਤ ਆ ਰਾ ਜੀ। ਕਿੱਥੋਂ ਆਏ? ਬੱਦੀ ਤੋਂ। ਬੱਦੀ ਤੋਂ? ਵਾਹ ਅੱਗੇ ਵਾਹ ਵਾਟ ਤੋਂ ਆਏ ਤੁਸੀਂ ਤਾਂ। ਅੱਜ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੋ, ਕੋਈ ਕੰਮ ਨੂੰ ਆਏ ਸੀ ਇੱਥੇ ਵੈਸੇ? ਹਾਂਜੀ। ਕੀ ਕੰਮ ਨੂੰ ਆਏ ਸੀ? ਮੈਂ ਰਾਜੇ ਫਾਈਲ ਲਾਣੀ ਸੀ ਬਾਹਰਲੀ। ਅੱਛਾ। ਹਾਂਜੀ। ਬਾਹਰ ਭੇਜਣਾ ਜੀ? ਅਤੇ ਭੇਜ ਰਹੇ ਹੋ ਕਿਵੇਂ? ਮੁਸ਼ਕਲਾਂ ਦਾ ਸਾਹਮਣਾ ਕਿਸ ਤਰੀਕੇ? ਅੱਛਾ, ਤੁਸੀਂ ਜਾਣਾ ਹੈਗਾ, ਮੁਸ਼ਕਲਾਂ ਦਾ ਕਿਵੇਂ ਦਾ ਸਾਹਮਣਾ ਕਰਨਾ ਪੈ ਰਿਹਾ ਰਾਜੇ? ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ, ਜਿਵੇਂ ਹੁਣ ਸਰਵਿਸ ਮਿਲਦੀ ਆ, ਸਰਕਾਰੀ ਨੌਕਰੀ ਮਿਲਦੀ ਆ ਬੰਦਿਆਂ ਨੂੰ, ਉਹਨਾਂ ਨੂੰ ਬੋਲਣਾ ਥੋੜ੍ਹਾ ਜਿਹਾ ਤਮੀਜ਼ ਨਾਲ ਚਾਹੀਦਾ, ਨਾ ਵੱਡਾ ਦੇਖਦੇ ਆ ਨਾ ਛੋਟਾ ਦੇਖਦੇ ਆ। ਤਨਖਾਹਾਂ ਤਾਂ ਸਰਕਾਰ ਦਿੰਦੀ ਆ, ਜਨਤਾ ਤਾਂ ਕੰਮ ਕਰਾਉਣ ਵਾਲੀ ਹੁੰਦੀ ਆ, ਕੋਈ ਸੋਚ ਨਹੀਂ ਹੈਗੀ ਉਹਨਾਂ ਦੀ, ਬੋਲਣ ਦਾ ਤਰੀਕਾ ਸਹੀ ਨਹੀਂ ਹੈਗਾ। ਹਾਂ, ਨਾ ਕੋਈ ਵੱਡਾ ਨਾ ਛੋਟਾ ਦੇਖਦੇ ਆ, ਹੈ ਨਾ। ਚਲੋ ਉਹਨਾਂ ਨੂੰ ਸਰਕਾਰ ਤਨਖਾਹਾਂ ਦੇ ਰਹੀ, ਅਸੀਂ ਤਾਂ ਕੰਮ ਜਾਣਾ ਹੀ ਜਾਣਾ, ਹੈ ਨਾ, ਅਤੇ ਪਰ ਇਹ ਗੱਲਾਂ ਨਹੀਂ ਠੀਕ ਹੈਗੀਆਂ ਉਹਨਾਂ ਦੇ। ਹਾਂਜੀ ਹਾਂ, ਵਾਪਰੀ ਲਾ ਕੇ? ਹਾਂਜੀ। ਕੀ ਕਹਿੰਦੇ? ਕੀ ਕਹਿੰਦੇ? ਨਹੀਂ ਨਹੀਂ, ਮੇਰੇ ਨਾਲ ਅੱਜ ਨਹੀਂ ਵਾਪਰੀ, ਪਹਿਲਾਂ ਗੱਲ ਕਰਦੇ ਆ ਬਈ, ਮਤਲਬ ਕਦੇ ਵੀ ਸਹੀ ਢੰਗ ਨਾਲ ਨਹੀਂ ਬੋਲਦੇ ਸਰਕਾਰੀ ਮੁਲਾਜ਼ਮ, ਇਹ ਠੀਕ ਨਹੀਂ ਲੱਗਦਾ। ਸਰਕਾਰ ਤੋਂ ਕੀ ਉਮੀਦ ਕਰ ਰਹੇ ਹੁਣ ਤੁਸੀਂ, ਜਿਵੇਂ ਬਾਹਰ ਦਾ ਸੋਚ ਰਹੇ ਹੋ, ਹੈ ਨਾ, ਸਰਕਾਰ ਕਹਿੰਦੀ ਹੈ, ਕੋਈ ਕਹਿੰਦਾ ਨੌਕਰੀ ਨਹੀਂ ਦੇ ਰਹੇ ਤਾਂ ਕਰਕੇ ਕੋਈ ਬਾਹਰ ਜਾ ਰਿਹਾ, ਕੋਈ ਕਹਿੰਦਾ ਵੀ ਮੇਰਾ ਕੰਮ ਕਾਰ ਆ ਤਾਂ ਜਾ ਰਿਹਾ।
ਬੱਚੇ ਮਜਬੂਰੀ ਨੂੰ ਬਾਹਰ ਜਾ ਰਹੇ ਜਦੋਂ ਨੌਕਰੀਆਂ ਨਹੀਂ ਮਿਲ ਰਹੀਆਂ, ਹੈ ਨਾ। ਅੱਜ ਕੱਲ੍ਹ ਦੋ ਕਿਹਦੇ, ਇੱਕ ਇੱਕ ਬੇਟਾ ਸਭ ਦੇ ਮਜਬੂਰੀਆਂ ਭੇਜ ਰਹੀਆਂ ਨੇ, ਹੈ ਨਾ। ਨੌਕਰੀ ਦੇਣੀ ਚਾਹੀਦੀ ਆ ਸਰਕਾਰ ਨੂੰ, ਹਰ ਘਰ 'ਚ ਇੱਕ ਬੰਦੇ ਨੂੰ ਤਾਂ ਦੇਣੀ ਚਾਹੀਦੀ ਆ, ਹਾਂ ਜ਼ਰੂਰ ਚਾਹੀਦੀ ਆ। ਇਹਦੇ ਨਾਲ ਫਰਕ ਪੈ ਸਕਦਾ ਨਾ, ਵੈਸੇ ਫਰਕ ਪੈ ਸਕਦਾ, ਬਾਹਰ ਨਾ ਜਾਵੇ ਬੱਚਾ, ਹੈ ਨਾ, ਇਹ ਕਰ ਸਕਦੇ ਹਾਂ ਬਸ। ਹੋਰਾਂ ਨਾਲ ਗੱਲਬਾਤ ਕਰ ਰਿਹਾ ਸਫ਼ਰ ਦੇ ਵਿੱਚ, ਬਹੁਤ ਸਾਰੇ ਲੋਕ ਵਧੀਆ ਸੁਝਾਅ ਵੀ ਕਿਤੇ ਨਾ ਕਿਤੇ ਦੇ ਰਹੇ ਨੇ। ਮੈਡਮ ਕੀ ਨਾਮ? ਹਾਂਜੀ ਸਰ, ਮੇਰਾ ਨਾਮ ਕਿਰਨਦੀਪ ਕੌਰ। ਕਿਰਨਦੀਪ ਕੌਰ, ਹਾਂਜੀ ਸਰ, ਉਮਰ 20 ਸਾਲ। ਹਾਂਜੀ ਸਰ, ਮੈਂ ਬਦਨੀ ਖੁਰਦ ਤੋਂ ਬਿਲੋਂਗ ਕਰਦੀ ਹਾਂ। ਹਾਂਜੀ ਸਰ, ਮੈਂ ਚਾਹੁੰਦੀ ਹਾਂ ਕਿ ਹੁਣ ਦੇ ਇਹਦੇ ਟਾਈਮ ਦੇ ਵਿੱਚ ਜਿਹੜਾ ਕਿ ਮੇਨ ਗੱਲ ਹੈ ਕਿ ਟੀਚਿੰਗ ਦੇ ਵੱਲ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ, ਬਿਕੋਜ਼ ਸਰ ਜੇਕਰ ਬੱਚਿਆਂ ਦੀ ਟੀਚਿੰਗ ਸਹੀ ਹੋਏਗੀ, ਸਿੱਖਿਆ ਦੇ ਨਾਲ ਹੀ ਜੇਕਰ ਅੱਜ ਜੇਕਰ ਬੱਚੇ ਪੜ੍ਹਨਗੇ ਫਿਰ ਹੀ ਭਵਿੱਖ ਬਣੇਗਾ। ਇੱਕ ਪਾਸੇ ਸਰਕਾਰ ਇਹ ਕਹਿੰਦੀ ਹੈ ਕਿ ਅਗਰ ਬੱਚਿਆਂ ਦੀ ਆਪਾਂ ਪੜ੍ਹਾਈ ਵੱਲ ਜ਼ੋਰ ਦੇਵਾਂਗੇ ਤਾਂ ਫਿਰ ਭਵਿੱਖ ਸਹੀ ਹੋਏਗਾ, ਬਟ ਸਰ ਅੱਜ ਕੱਲ੍ਹ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਬਹੁਤ ਜ਼ਿਆਦਾ ਫੀਸਾਂ ਹੋ ਗਈਆਂ ਹਨ, ਤਾਂ ਕਰਕੇ ਬੱਚਿਆਂ ਨੂੰ ਬਹੁਤ ਪ੍ਰੋਬਲਮਸ ਆ ਰਹੀਆਂ ਹਨ। ਬਾਕੀ ਸਰ ਮੇਨ ਗੱਲ ਜਿਹੜੀ ਹੈਲਥ ਡਿਪਾਰਟਮੈਂਟਸ, ਉੱਧਰ ਜਾਣਾ, ਉੱਧਰ, ਹਾਂਜੀ ਸਰ, ਉੱਧਰ ਬਹੁਤ ਧਿਆਨ ਦਿੱਤਾ ਜਾਣਾ ਚਾਹੀਦਾ। ਅੱਜ ਮੈਂ PGI ਤੋਂ ਹੀ ਆ ਰਹੀ ਹਾਂ ਸਰ। ਹਾਂਜੀ ਸਰ, ਮੇਰੀ ਆਪਣੀ ਮੈਡੀਸਨ ਚੱਲ ਰਹੀ ਹੈ ਸਰ, ਉੱਥੇ ਕੋਈ ਸੁਣਵਾਈ ਨਹੀਂ ਹੋ ਰਹੀ। ਹਾਂਜੀ ਸਰ, ਸਰਕਾਰ ਤੋਂ ਕੀ ਮੰਗ ਕਰ ਰਹੇ ਹੋ, ਜਿਵੇਂ ਤੁਸੀਂ ਸਿੱਖਿਆ ਦਾ ਵੀ ਵਧੀਆ ਗੱਲ ਰੱਖੀ, ਹੈਲਥ ਪੱਖੋਂ ਮੰਗ ਕੀ ਕਰ ਰਹੇ ਹੋ? ਹਾਂਜੀ ਸਰ, ਬਸ ਮੈਂ ਇਹੋ ਚਾਹੁੰਦੀ ਹਾਂ ਕਿ ਜਿੱਦਾਂ ਕਿ ਹੁਣ ਬੱਚੇ ਜਿਹੜੇ ਹੈਗੇ ਨੇ, ਦੇਖੋ ਜਿੱਦਾਂ ਕਿ ਸਟੱਡੀ ਉਹਨਾਂ ਨੂੰ ਵਧੀਆ ਨਹੀਂ ਮਿਲ ਰਹੀ ਅਤੇ ਉਹ ਫਿਰ ਜਿੱਦਾਂ, ਹਾਂਜੀ, ਉਹ ਟੈਨਸ਼ਨ ਦੇ ਵਿੱਚ ਰਹਿੰਦੇ ਨੇ ਅਤੇ ਨਸ਼ਿਆਂ ਵਿੱਚ ਵੀ ਪੈਂਦੇ ਨੇ। ਹਾਂਜੀ, ਇਸ ਤਰ੍ਹਾਂ ਇਹ ਬਸ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ, ਇੱਕ ਤਾਂ ਸਟੱਡੀ ਵੱਲ ਅਤੇ ਇੱਕ ਹੈਲਥ ਡਿਪਾਰਟਮੈਂਟਸ ਦੇ ਵਿੱਚ ਵੱਧ ਤੋਂ ਵੱਧ ਧਿਆਨ ਦਿੱਤਾ ਜਾਣਾ ਚਾਹੀਦਾ ਸਰ। ਹਾਂਜੀ ਸਰ, ਤੁਹਾਡਾ ਕੀ ਨਾਮ ਹੈ ਜੀ? ਸਰ ਪਵਨਦੀਪ ਕੌਰ। ਤੁਹਾਡੀ ਬੇਟੀ ਨੇ ਬੜੀ ਵਧੀਆ ਗੱਲ ਦੱਸੀ, ਕਹਿੰਦੀ ਸਿੱਖਿਆ ਅਤੇ ਸਿਹਤ ਬਹੁਤ ਜ਼ਰੂਰੀ ਚੀਜ਼ਾਂ ਨੇ, ਇਹਨਾਂ ਵੱਲ ਧਿਆਨ ਦੇਣਾ ਚਾਹੀਦਾ। ਤੁਸੀਂ ਵੀ ਘਰ ਚਲਾਉਂਦੇ ਹੋਵੋਗੇ, ਹੈ ਨਾ, ਘਰ ਦਾ ਜੋ ਜਿੰਨਾ ਵੀ ਹੁੰਦਾ ਰਾਸ਼ਨ ਪਾਣੀ ਆ ਉਹ ਲਿਆਉਂਦੇ ਹੋਵੋਗੇ, ਹੈ ਨਾ, ਅਤੇ ਕਿਵੇਂ ਦਿੱਕਤਾਂ ਦਾ ਕੀ ਸਾਹਮਣਾ ਕਰਨਾ ਪੈਂਦਾ? ਮਹਿੰਗਾਈ ਜਿਵੇਂ ਵੱਧਦੀ ਆ ਅਕਸਰ, ਆਟਾ ਦਾਲ ਘਿਓ ਹਰ ਕੋਈ ਜਾਣਦਾ, ਤੁਸੀਂ ਇਸ ਬਾਬਤ ਕੀ ਕਹਿਣਾ ਚਾਹੁੰਦੇ? ਸਰਕਾਰ ਬਹੁਤ ਸਾਰੇ ਵਾਅਦੇ ਕਰਦੀ ਹੈ, ਕਹਿੰਦੀ ਸਸਤਾ ਕਰਦਾ। ਸਰ ਵਾਅਦੇ ਤਾਂ ਕਰੀ ਜਾਂਦੇ, ਤੁਹਾਨੂੰ ਪਤਾ ਵਾ ਪੂਰੇ ਨਹੀਂ ਨਾ ਕਰਦੇ ਹੈਗੇ। ਹਾਂਜੀ, ਕਿਸ ਤਰੀਕੇ ਦੀ ਹੋਣੀ ਚਾਹੀਦੀ ਵੀ ਸਸਤਾ ਹੋਣਾ ਚਾਹੀਦਾ ਸਿਲੰਡਰ ਦੇ ਜਿਵੇਂ ਰੇਟ ਵੱਧਦੇ ਆ ਹਰ ਸਾਲ? ਹਾਂਜੀ ਹਾਂਜੀ ਸਰ, ਸਸਤਾ ਹੀ ਹੋਣਾ ਚਾਹੀਦਾ ਸਿਲੰਡਰ, ਬਹੁਤ ਮੁਸ਼ਕਿਲ ਆਉਂਦੀ ਹੈ ਜੀ, ਘਰ ਨਹੀਂ ਪਾਲੇ ਜਾਂਦੇ ਹੈਗੇ, ਗਰੀਬ ਬੱਚਿਆਂ ਨੂੰ ਬਹੁਤ ਮੁਸ਼ਕਿਲ ਆਉਂਦੀ ਆ, ਪ੍ਰੋਬਲਮ ਆਉਂਦੀ ਆ, ਓਨੀ ਕਮਾਈ ਨਹੀਂ ਹੁੰਦੀ ਜਿੰਨੇ ਖਰਚੇ ਵਧੇ ਹੋਏ ਆ ਜੀ। ਵਾਅਦੇ ਹੀ ਨੇ ਸਰ, ਵਾਅਦੇ ਕਰੀ ਜਾਂਦੀਆਂ ਸਰਕਾਰਾਂ ਜੀ, ਪਰ ਦਿੰਦੇ ਕੁਛ। 2024 ਦੀ ਚੋਣਾਂ ਆ ਰਹੀਆਂ ਨਾ, ਲੋਕ ਸਭਾ ਦੇ ਵਿੱਚ ਇੱਕ ਕੈਂਡੀਡੇਟ ਜਾਂਦਾ ਹੁੰਦਾ ਕੇਂਦਰ ਦੇ ਵਿੱਚ, ਉਹ ਉਹਨਾਂ ਦਾ ਮਕਸਦ ਹੁੰਦਾ ਕਿ ਬਹੁਤ ਸਾਰੀ ਚੀਜ਼ਾਂ ਆਪਣੇ ਹਲਕਿਆਂ ਵਾਸਤੇ ਲੈ ਕੇ ਆਏ ਜਾਣ, ਭਾਵੇਂ ਸਿਲੰਡਰ ਸਸਤਾ ਹੁੰਦਾ ਤਾਂ ਵੀ ਉਹਨਾਂ ਦੇ ਹੱਥ ਵਾਸ ਕੁਛ ਹੁੰਦਾ ਹੈਗਾ, ਪੈਟਰੋਲ ਡੀਜ਼ਲ ਦੇ ਰੇਟ, ਮਹਿੰਗਾਈ। ਤੁਸੀਂ ਉਹਨਾਂ ਤੋਂ ਕੀ ਮੰਗ ਕਰ ਰਹੇ ਹੋ, ਕਿਉਂਕਿ ਤੁਹਾਡੇ ਤੋਂ ਉਮੀਦ ਵੋਟ ਦੀ ਲੈ ਕੇ ਆਉਂਦੇ, ਤੁਸੀਂ ਉਹਨਾਂ ਤੋਂ ਕੀ ਉਮੀਦ ਕਰਦੇ? ਸਰ ਵੋਟਾਂ ਫਿਰ ਸਹੀ ਹੈ, ਵੋਟ ਤਾਂ ਫਿਰ ਹੀ ਪੈਣਗੀਆਂ, ਅਗਰ ਜੇ ਤਾਂ ਇਹ ਸਾਰੀਆਂ ਡਿਮਾਂਡਸ ਪੂਰੀਆਂ ਹੋਣਗੀਆਂ ਪਬਲਿਕ ਦੀਆਂ। ਤੁਹਾਨੂੰ ਵੀ ਪਤਾ ਕਿ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਕੱਲ੍ਹ। ਜਿਹੜੀ ਤੁਸੀਂ ਮਹਿੰਗਾਈ ਵਾਲੀ ਗੱਲ ਕੀਤੀ ਸਰ, ਉਹ ਵੀ ਦੇਖੋ ਜਿੱਦਾਂ ਕਿ ਜਿਹੜੀਆਂ ਗਰੀਬ ਫੈਮਿਲੀਜ਼ ਹੈਗੀਆਂ ਨੇ, ਮੀਡੀਅਮ ਫੈਮਿਲੀ, ਉਹਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹਾਂਜੀ ਸਰ, ਆਪਣਾ ਮੀਨਸ ਕਿ ਘਰ ਵੀ ਚਲਾਉਣਾ ਕਈਆਂ ਨੂੰ ਮੁਸ਼ਕਿਲ ਹੋ ਰਿਹਾ। ਹਾਂਜੀ ਸਰ, ਅਗਰ ਸਾਰੀ ਜਿਵੇਂ ਕਿ ਵਾਅਦੇ ਆ ਜਿਹੜੇ ਇਹ ਲਾਰਿਆਂ ਦੀ ਉਹ ਨਹੀਂ ਬਣਨਗੇ ਤਾਂ ਹਾਂਜੀ ਵੋਟਾਂ ਜ਼ਰੂਰ ਸਰ ਉਹ ਹੋਣਗੀਆਂ, ਬਟ ਹਾਂਜੀ ਸਰ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੋ ਸਫ਼ਰ ਕਰ ਰਹੇ। ਭਾਅ ਜੀ ਕੀ ਨਾਮ ਹੈ? ਜਸਵੰਤ ਰਾਏ। ਜਸਵੰਤ ਰਾਏ, ਅੱਜ ਸਫ਼ਰ ਕਰ ਰਹੇ ਹੋ ਬੱਸ ਦੇ ਵਿੱਚ, ਮੈਨੂੰ ਲੱਗਦਾ ਨਵਾਂ ਵਿਆਹ ਜੁੜਾ ਹੋਇਆ ਹੈ ਨਾ? ਨਹੀਂ, 2 ਸਾਲ ਹੋ ਗਏ। ਦੋ ਸਾਲ ਹੋ ਗਏ, ਅਤੇ ਬਈ
ਇੱਥੇ ਕੋਈ ਕੰਮ ਆਏ ਸੀਗੇ? ਹਾਂਜੀ, ਬੱਚੇ ਦਵਾਈ ਲੈ ਕੇ। ਸਿਹਤ ਸੁਵਿਧਾ ਕਿਵੇਂ ਲੱਗੀਆਂ, ਕਿਉਂਕਿ ਸਰਕਾਰ ਕਹਿੰਦੀ ਅਸੀਂ ਸਿਹਤ ਦਾ ਮਨਾਰ ਬਹੁਤ ਉੱਤੇ ਚੱਕਿਆ ਗਾ, ਹੈ ਨਾ, ਸਿਹਤ ਪੱਖੋਂ ਹਸਪਤਾਲ ਖੋਲ੍ਹਦੇ, ਕਿਵੇਂ ਦਾ ਲੱਗਿਆ? ਨਹੀਂ, ਜਿਵੇਂ ਚੰਡੀਗੜ੍ਹ 'ਚ ਤਾਂ ਵਧੀਆ ਆ, ਬਾਕੀ ਆਮ ਪੰਜਾਬ 'ਚ ਜਿਹੜੇ ਸਿਵਲ ਹੋਸਪਿਟਲ ਆ ਉਹਨਾਂ 'ਚ ਬਹੁਤ ਦਿੱਕਤ ਆਉਂਦੀਆਂ। ਦਿੱਕਤ ਆਉਂਦੀ ਹੈ, ਹਾਂ, ਡਾਕਟਰ ਸੁਣਦੇ ਹੀ ਨਹੀਂ, ਡਾਕਟਰਾਂ ਦੇ ਜਿਹੜੇ ਮੂਹਰੇ ਖੜ੍ਹੇ ਹੁੰਦੇ ਉਹੀ ਨਹੀਂ ਸੁਣਦੇ ਹੈਗੇ, ਡਾਕਟਰ ਨੂੰ ਮਿਲਣ ਤੱਕ ਨਹੀਂ ਦਿੰਦੇ ਕਈ। ਹਾਂਜੀ, ਇੱਥੇ ਤੋਂ ਡਾਕਟਰਾਂ 'ਚ ਕੀ ਫਰਕ ਸੀਗਾ? ਨਹੀਂ, ਇੱਥੇ ਵਧੀਆ ਹੈ, ਚਲੋ ਆਪਣਾ ਵਾਰੀ ਸਿਰ ਵਾਰੀ ਆਉਂਦੀ ਆ, ਬਟ ਡਾਕਟਰ ਵਧੀਆ ਦਿਖਦੇ ਆ। ਹਾਂਜੀ, ਹੁਣ ਤੁਹਾਡੇ ਨਾਲ ਬੱਚਾ ਵੀ ਕਰ ਰਿਹਾ ਸਫ਼ਰ, ਹੁਣ ਇਹਨੂੰ ਪੜ੍ਹਾਓਗੇ, ਹੈ ਨਾ, ਮਨ ਦੇ ਵਿੱਚ ਬਹੁਤ ਆਸ ਹੁੰਦੀ ਹੈ, ਸਿੱਖਿਆ ਦੇਵਾਂਗੇ, ਬਾਅਦ 'ਚ ਇਹਨੂੰ ਨੌਕਰੀ ਵੀ ਲਵਾਵਾਂਗੇ, ਸਰਕਾਰ ਤੋਂ ਉਮੀਦ ਕੀ ਕਰ ਰਹੇ ਹੋ? ਸਿੱਖਿਆ ਦਾ ਮਨਾਰ ਕਿਵੇਂ ਦਾ ਰੱਖੋ, ਵੀ ਸਿੱਖਿਆ ਸਸਤੀ ਹੋਵੇ ਜਾਂ ਫ੍ਰੀ ਹੋਵੇ, ਤੁਹਾਡੇ ਕੀ ਇਸ ਬਾਰੇ ਵਿੱਚ? ਨਹੀਂ, ਚਲੋ ਫ੍ਰੀ ਤਾਂ ਨਹੀਂ ਹੋਣੀ ਚਾਹੀਦੀ, ਲੇਕਿਨ ਸਸਤੀ ਹੋਣੀ ਚਾਹੀਦੀ ਆ। ਹਾਂਜੀ, ਲੇਕਿਨ ਜਿਵੇਂ ਸਰਕਾਰ ਹੋਰ ਚੀਜ਼ਾਂ ਫ੍ਰੀ ਦੇ ਰਹੀ ਆ, ਇਹਨਾਂ ਦਾ ਕੋਈ ਫ੍ਰੀ ਦਾ ਕੋਈ ਫਾਇਦਾ ਨਹੀਂ। ਹਾਂਜੀ, ਅਤੇ ਸਰਕਾਰ ਦੀ ਹੁਣ 2024 ਤੋਂ ਜੋ ਪਹਿਲਾਂ ਸੀ 10 ਸਾਲ ਰਹੇ, ਹੈ ਨਾ, ਕਾਰਗੁਜ਼ਾਰੀ ਨੂੰ 10 'ਚੋਂ ਨੰਬਰ ਕਿੰਨੇ ਦੇਣਾ ਚਾਹੋਗੇ, ਜਿਵੇਂ ਓਵਰਆਲ ਦੇਖਦੇ ਹੋ ਲੋਕਾਂ 'ਚ ਵਿਚਰਦੇ ਆਪਾਂ? ਤਕਰੀਬਨ 50-50 ਆ ਜੀ, ਕੁਛ ਵਾਅਦੇ ਉਹਨਾਂ ਨੇ ਪੂਰੇ ਕਰੇ, ਕੁਛ ਨਹੀਂ ਵੀ ਕਰੇ ਗਏ। 50-50? ਹਾਂਜੀ, 5 ਹੋਣਗੇ। ਹਾਂਜੀ, ਠੀਕ। ਹੋਰਾਂ ਨਾਲ ਗੱਲਬਾਤ ਕਰਦੇ ਜੋ ਸਫ਼ਰ ਕਰ ਰਹੇ ਨੇ, ਮੈਡਮ ਕੀ ਨਾਮ? My name is Sukhdeep Kaur. Yes. ਮਤਲਬ ਪੇਪਰ ਦੀ ਤਿਆਰੀ ਕਰ ਰਹੇ ਹੋ ਕਿਸੇ ਦੀ? Yes, I'm preparing for UGC NET TRF. ਤੁਸੀਂ ਸਫ਼ਰ ਕਰ ਰਹੇ ਹੋ ਬੱਸ ਦੇ ਵਿੱਚ, ਉਮੀਦਵਾਰ ਨੂੰ ਵੋਟ ਦੀ ਉਮੀਦ ਹੁੰਦੀ ਆ, ਅਤੇ ਵੋਟ ਪਾਉਣ ਵਾਲੇ ਨੂੰ ਉਮੀਦਵਾਰ ਤੋਂ ਉਮੀਦ ਹੁੰਦੀ ਆ ਕਿ ਕੁਛ ਚੰਗੀ ਚੀਜ਼ ਲੈ ਕੇ ਆਵੇਗਾ ਅਤੇ ਡਿਵੈਲਪਮੈਂਟ ਹੋਵੇਗੀ। ਬਹਿ ਜਾਓ ਭਾਈ, ਤੁਸੀਂ ਬਹਿ ਜਾਓ ਬਹਿ। ਅਤੇ ਤੁਹਾਡੇ ਕੀ ਇਸ ਬਾਬਤ ਵਿਚਾਰ ਨੇ, ਜਿਵੇਂ ਉਮੀਦਵਾਰ ਕਹਿੰਦਾ ਮੈਨੂੰ ਵੋਟ ਦੀ ਉਮੀਦ ਆ, ਅਤੇ ਵੋਟਰ ਨੂੰ ਆ ਕਿ ਉਮੀਦਵਾਰ ਤੋਂ ਬਹੁਤ ਸਾਰੀ ਉਮੀਦ ਆ ਕਿ ਕੁਛ ਸਾਡੇ ਹਲਕੇ ਵਾਸਤੇ ਕੋਈ ਵਧੀਆ ਲੈ ਕੇ ਆਊਗਾ, ਸਿੱਖਿਆ ਦਾ ਮਨਾਰ ਉੱਚਾ ਕਰੂ, ਹੈਲਥ ਦਾ ਮਨਾਰ ਉੱਚਾ ਕਰੂ, ਟਰਾਂਸਪੋਰਟ ਫੈਸਿਲਿਟੀ, ਤੁਹਾਡੇ ਕੀ? ਸੀ, ਵੈਨ ਇਟ ਕਮਸ ਟੂ ਐਕਸਪੈਕਟੇਸ਼ਨਸ, ਆਲ ਦ ਨੇਸ਼ਨਸ, ਆਲ ਦ ਸਿਟੀਜ਼ਨਸ ਹੈਵ ਡਿਫਰੈਂਟ ਐਕਸਪੈਕਟੇਸ਼ਨਸ। ਯੂ ਹੈਵ ਆਸਕ ਸੋ ਮੈਨੀ ਪੀਪਲ ਦੀਸ ਕੁਸ਼ਚਨਸ, ਐਂਡ ਵੈਨ ਪੀਪਲ ਵਰ ਟਾਕਿੰਗ ਅਬਾਊਟ ਫ੍ਰੀਬੀਜ਼ ਐਜ ਵੈਲ, ਓਨਲੀ ਵਨ ਪਰਸਨ ਹੈਜ਼ ਮੈਂਸ਼ਨ ਦੈਟ ਫ੍ਰੀਬੀਜ਼ ਆਰ ਨੋਟ ਇਟ ਆਲ ਸਕਸੈਸਫੁਲ। ਆਈ ਵੁੱਡ ਲਾਈਕ ਟੂ ਮੈਂਸ਼ਨ ਹੇਅਰ, ਇਨ ਪੰਜਾਬ ਵੀ ਹੈਵ 47,000 crore ਆਫ ਡੈਟ, ਐਂਡ ਇਫ ਦਿਸ ਗਵਰਮੈਂਟ ਆਲਸੋ ਫੋਕਸਿਸ ਔਨ ਗਿਵਿੰਗ ਫ੍ਰੀ ਬਾਈਸ, ਦੈਨ ਇਟ ਵਿਲ ਅਲਟੀਮੇਟਲੀ ਲੀਡ ਟੂ ਦ ਐਕਸੀਡ ਆਫ ਦੀਸ ਡੈਟ, ਸੋ ਇਟ ਵਿਲ ਨੋਟ ਬੈਨੀਫਿਟ। ਸੋ ਦ ਫੋਕਸ ਹੇਅਰ ਸ਼ੁੱਡ ਨੋਟ ਬੀ ਔਨ ਦ ਫ੍ਰੀ ਬਾਈਸ, ਫੋਕਸ ਹੇਅਰ ਸ਼ੁੱਡ ਨੋਟ ਬੀ ਸ਼ੁੱਡ ਬੀ ਟੂ ਮੇਕ ਸਿਟੀਜ਼ਨਸ ਕੈਪੇਬਲ। ਐਂਡ ਵੈਨ ਇਟ ਕਮਸ ਟੂ ਐਜੂਕੇਸ਼ਨ, ਸੋ ਲਾਈਕ ਆਈ ਐਮ ਸਟੱਡਿੰਗ ਮਾਈ ਮਾਸਟਰਸ ਇਨ ਪੰਜਾਬ ਯੂਨੀਵਰਸਿਟੀ, ਐਂਡ ਨਾਓ ਆਈ ਐਮ ਯੂ ਨੋ ਏਮਿੰਗ ਫੋਰ PhD, ਬਟ ਦ ਕੁਸ਼ਚਨ ਹੇਅਰ ਇਜ਼ ਦ ਲੈਵਲ ਆਫ ਰੀਸਰਚ, ਔਰ ਵੈਨ ਇਟ ਕਮਸ ਟੂ ਦ ਰੀਸਰਚ ਸਟੱਡੀਜ਼ ਔਰ ਹਾਇਰ ਸਟੱਡੀਜ਼, ਪੰਜਾਬ ਲੈਕਸ ਇਨ ਦਿਸ। ਸੋ ਨਾਓ ਕਮਿੰਗ ਟੂ ਦ ਇਲੈਕਸ਼ਨਸ, ਫਸਟ ਵੈਨ ਵੀ ਸੀ ਅ ਲੋਟ ਆਫ ਪਾਰਟੀਜ਼, ਵੀ ਹੈਵ ਅ ਲੋਟ ਆਫ ਪਾਰਟੀਜ਼, ਇੰਡੀਆ ਹੈਜ਼ ਮੋਰ ਦੈਨ 61 ਰੀਜਨਲ ਪਾਰਟੀਜ਼, ਐਂਡ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, BJP, ਆਲ ਇੰਡੀਆ ਕਾਂਗਰਸ, ਤ੍ਰਿਣਮੂਲ ਕਾਂਗਰਸ, ਬਟ ਵੈਨ ਇਟ ਕਮਸ ਟੂ ਗਿਵ ਦ ਕਮਾਂਡ ਆਫ ਇੰਡੀਆ ਟੂ ਸੈਂਟਰ, ਵੀ ਆਰ ਨੋਟ ਏਬਲ ਟੂ ਸੀ ਐਨੀ ਸਿੰਗਲ ਸਟਰੋਂਗ ਪਾਰਟੀ ਐਕਸੈਪਟ BJP। ਨਾਓ ਵਟ ਆਈ ਵਾਂਟ ਟੂ ਸੇ ਇਜ਼ ਕਿ ਫੋਰ ਪੰਜਾਬ, ਆਮ ਆਦਮੀ ਪਾਰਟੀ ਇਜ਼ ਨੋਟ ਇਨ ਰਾਈਟ ਪੋਜੀਸ਼ਨ ਟੂ ਹੋਲਡ ਦ ਸੈਂਟਰ, ਐਂਡ ਵੈਨ ਇਟ ਕਮਸ ਟੂ BJP, BJP ਹੈਜ਼ ਨੋਟ ਅਡੋਪਟਡ ਪੋਜ਼ਿਟਿਵ ਐਟੀਟਿਊਡ ਫੋਰ ਪੰਜਾਬ, ਸੋ ਪੰਜਾਬ ਇਜ਼ ਸਮਵੇਅਰ ਇਨ ਡਿਲੇਮਾ, ਪੰਜਾਬ ਕੈਨ ਨੋਟ ਡਿਸਾਈਡ ਵਿਚ ਪਾਰਟੀ ਟੂ ਚੂਜ਼। ਸੋ ਫੋਰ ਪੰਜਾਬ ਆਈ ਵੁੱਡ ਸੇ ਇਟ ਵੁੱਡ ਟੇਕ ਮੋਰ ਦੈਨ 5-6 ਈਅਰ, ਔਰ ਈਵਨ ਆਈ ਵੁੱਡ ਸੇ ਮੋਰ ਦੈਨ 10
10 years to decide which party, and I think people are favoring Aam Aadmi Party now, but Aam Aadmi Party needs time to grow. Aam Aadmi Party needs a lot of things to stable itself in Punjab and then aim for center. 24 ਦੇ ਵਿੱਚ ਜੋ ਉਮੀਦਵਾਰ ਚੁਣ ਕੇ ਜਾਣਗੇ ਜਾਂ ਕੇਂਦਰ ਦੇ ਵਿੱਚ ਜੋ ਮਰਜ਼ੀ ਸਰਕਾਰ ਬਣੇ ਉਹ ਵੱਧ ਦਾ ਨਤੀਜਾ, ਪਰ ਉਮੀਦ ਕੀ ਕਰ ਰਹੇ ਹੋ ਕਿ ਇਸ ਚੀਜ਼ ਦੇ ਵਿੱਚ ਫੋਕਸ ਵੱਧ ਹੋਣਾ ਚਾਹੀਦਾ ਤਾਂ ਜੋ ਕਿਤੇ ਨਾ ਕਿਤੇ ਡਿਵੈਲਪਮੈਂਟ ਵਾਲੇ ਪਾਸੇ ਦੇਸ਼ ਜਾ ਸਕੇ? Yes, development is the basic need. Without development, no nation can survive. Because India, if I would say at foreign level, India has a good reputation. And if India wants to prove itself, it has to be good in all terms. Whether it comes to development, education, infrastructure and policies and all those things. So, of course, expectations and progress is always there. And we always say in English that there is always a scope of improvement. So, yes, we can't stop any at a certain point. We needs to go on and on and on. 10 ਦੇ ਵਿੱਚੋਂ ਕਿੰਨੇ ਨੰਬਰ ਦੇਣਾ ਚਾਹੋਗੇ ਜੋ ਸਰਕਾਰ ਪਿੱਛੇ ਰਹਿ ਕੇ ਗਈ ਆ 10 ਦੇ ਵਿੱਚੋਂ? ਕਿਉਂਕਿ ਹਰ ਕਿਸੇ ਦਾ ਕੋਈ ਨੰਬਰ ਹੁੰਦਾ, ਕੋਈ ਮਨ ਦੇ ਵਿੱਚ ਹੁੰਦਾ ਵੀ ਇੰਨਾ ਕੰਮ ਕੀਤਾ ਇਹਨੂੰ ਇੰਨੇ ਬਣ ਗਏ। See, the subjectivity of Aam Aadmi Party cannot be, you know, stable, when it comes to BJP, I would like to give it 5 to 6 points, because recently the things which Modi government has failed to do when it comes to foreign affairs ministry, because our Israeli naval officers has to face a lot of things, and they got freed after I think 4 to 5 months, and I think this is very disrespectful on the part of the naval officers. So I think somewhere it lacks. But yes, 6 to 7 would be good. But again, I would say that to objectify these numbers is not the right manner. ਹੋਰਾਂ ਨਾਲ ਗੱਲਬਾਤ ਕਰ ਰਿਹਾ, ਬਹੁਤ ਵਧੀਆ ਰੁਝਾਨ ਜਾਂ ਸਫ਼ਰ ਦੇ ਦੌਰਾਨ ਸੁਝਾਅ ਲੋਕਾਂ ਵੱਲੋਂ ਦਿੱਤੇ ਰਹੇ। ਭਾਅ ਜੀ ਕੀ ਨਾਮ ਹੈ ਆਪਣਾ? ਅਜੇ ਕੁਮਾਰ। ਕਿੱਥੋਂ ਦੇ ਰਹਿਣ ਵਾਲੇ? ਮੈਂ ਉੱਤਰਾਖੰਡ। ਉੱਤਰਾਖੰਡ ਬਹੁਤ ਅੱਗੇ ਤੋਂ ਆਏ ਸਰ, ਇੱਥੇ ਕਿਵੇਂ ਆਏ? ਮੈਂ ਆਇਓ ਸੀ, ਮੈਂ ਇੱਕ ਰਿਫਿਊਲਰ ਛੋੜਨੇ ਆ। ਠੀਕ ਆ। ਸਰਕਾਰ ਜਿਵੇਂ, ਚਲੋ ਉੱਧਰ ਵੀ ਉੱਤਰਾਖੰਡ ਦੇ ਵਿੱਚ ਵੀ ਇੱਕ ਹੀ ਸਰਕਾਰ ਸੀ ਨਾ, ਕੇਂਦਰ ਦੀ ਸਰਕਾਰ ਹਰ ਪਾਸੇ ਹੱਥ ਹੁੰਦਾ ਆ, ਤੁਹਾਡਾ ਕੀ ਮੰਨਣਾ 2024 ਤੋਂ ਜੋ ਪਹਿਲਾਂ ਸਰਕਾਰ ਸੀ 10 ਸਾਲ ਸੱਤਾ ਦੇ ਕਾਬਜ਼ ਰਹੀ ਕੇਂਦਰ, ਕਿਵੇਂ ਦੇ ਲੱਗੇ ਉਹਦੇ ਦਿਨ ਪਹਿਲਾਂ? ਕੁਛ ਨਹੀਂ, ਐਸਾ ਕੁਛ ਨਹੀਂ ਲੱਗਾ ਮੇਰੇ ਕੋਲ। ਅੱਛਾ, ਕੋਈ ਵਧੀਆ? ਕਿਸ ਤਰੀਕੇ ਦੀ ਹੋਣੀ ਚਾਹੀਦੀ ਸਰਕਾਰ ਤੁਹਾਡੇ ਮੁਤਾਬਿਕ? ਦੇਖੋ ਜੀ, ਜੈਸੇ ਆਤੀ ਹੈ ਵੈਸੇ ਚਲੇ ਜਾਤੀ, ਜੋ ਵਾਅਦੇ ਹੈ ਉਹ ਵੈਸੇ ਹੀ ਰਹੇ। ਵਿਕਾਸ ਪੱਖੋਂ ਕਿਹੜੀ ਚੀਜ਼ਾਂ ਨੂੰ ਰੱਖਣਾ ਚਾਹੀਦਾ ਮੁੱਖ ਤੌਰ 'ਤੇ? ਕੋਈ ਕਹਿੰਦਾ ਸਿਹਤ ਹੋਣੀ ਚਾਹੀਦੀ ਆ, ਕੋਈ ਕਹਿੰਦਾ ਰੋਟੀ ਕੱਪੜਾ ਮਕਾਨ ਹੋਣਾ ਚਾਹੀਦਾ, ਤੁਹਾਡੇ ਮੁਤਾਬਕ ਕੀ ਹੋਣਾ ਚਾਹੀਦਾ? ਐਜੂਕੇਸ਼ਨ, ਜੋਬਸ, ਉਸ ਤੋਂ ਬਾਅਦ ਅਗਰ ਐਜੂਕੇਸ਼ਨ ਅੱਛੀ ਹੈ ਤਾਂ ਜੋਬ ਤੋਂ ਨੈਚੁਰਲੀ ਹੈ। ਠੀਕ ਆ। ਅਤੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਨੰਬਰ ਕਿੰਨੇ ਦਿਓਗੇ 10 ਦੇ ਵਿੱਚੋਂ? ਅਗਰ ਤੁਸੀਂ ਆਪਾਂ ਵਿਚਰਦੇ ਲੋਕਾਂ ਦੇ ਵਿੱਚ, ਆਪਾਂ ਪਤਾ ਇੰਨਾ ਕੰਮ ਸਾਡੇ ਇਲਾਕੇ 'ਚ ਹੋਇਆ ਹੈ ਨਾ, ਬੰਦਾ ਸੋਚਦਾ ਮੈਂ ਇੰਨੇ ਨੰਬਰ ਦਿਓਗੇ ਸੈਂਟਰ ਕੀ ਗੌਰਮੈਂਟ ਕੀ? ਕਿਉਂਕਿ ਲੋਕ ਸਭਾ 'ਚ 4 4। ਠੀਕ ਹੈ। ਤੁਹਾਡਾ ਕੀ ਨਾਮ ਭਾਅ ਜੀ? ਜਸ਼ਨ। ਹਾਂਜੀ, ਉੱਧਰ ਹੀ ਗੱਲ ਹੋ ਗਈ, ਇਹ ਪਹਿਲਾਂ ਹੀ ਸ਼ਰਮਾ ਗਏ ਭਾਅ ਜੀ। ਤੁਹਾਡਾ ਕੀ ਨਾਮ ਭਾਈ? ਜਸਪਾਲ। ਕਿੱਥੋਂ ਦੇ ਰਹਿਣ ਵਾਲੇ? ਉੱਤਰਾਖੰਡ। ਅੱਛਾ, ਨਾਲ ਹੀ ਆਏ। ਕੀ ਪੜ੍ਹਦੇ ਹੋ ਤੁਸੀਂ? ਪੜ੍ਹ। ਅਤੇ ਕਿਹੜੀ ਸਟੱਡੀ ਕਰ ਰਹੇ ਹੋ? ਬੀ ਐੱਸ ਇੰਜੀਨੀਅਰ ਐਗਰੀਕਲਚਰ। ਅਤੇ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਐਗਰੀਕਲਚਰ ਪੋਲਿਸੀਜ਼ ਨੂੰ ਲੈ ਕੇ ਬਹੁਤ ਕੁਛ ਤੁਹਾਨੂੰ ਸਿੱਖਣ ਨੂੰ ਮਿਲਦਾ ਹੋਊਗਾ ਕਿ ਇਹ ਆ ਰਹੀ ਹੈ MSP ਨੂੰ ਲੈ ਕੇ ਕਿਸਾਨ ਹੁਣ ਡਟੇ ਹੋਏ ਆ, ਤੁਹਾਡਾ ਸਰਕਾਰ ਦੇ ਰਵੱਈਏ ਬਾਰੇ ਕੀ ਕਹਿਣਾ ਹੈਗਾ, ਕਿਵੇਂ ਦੀ ਲੱਗੀ ਕੇਂਦਰ ਦੀ ਸਰਕਾਰ? ਕੁਛ ਤਾਂ ਕਹਿਣਾ ਚਾਹੋਗੇ? ਨਹੀਂ ਸਰ, ਕੁਛ ਵੀ ਨਹੀਂ, ਅਜੇ ਨਹੀਂ ਬੋਲ ਰਿਹਾ। ਉਮੀਦ ਹੈ ਸਰਕਾਰ ਤੋਂ ਕੁਛ?
ਕੋਈ ਕਹਿੰਦਾ ਮੈਂ ਜੋਬ ਦਿੱਤੀ ਜਾਵੇ ਕਿਉਂਕਿ ਐਜੂਕੇਸ਼ਨ ਦਿੱਤੀ ਤੁਹਾਡੀ ਕੀ ਕੁਛ ਵੀ ਨਹੀਂ ਮਾੜਾ ਠੰਡਾ ਜਵਾਕ ਨੂੰ ਸਿਖਾਓ ਕੋਈ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਮੈਡਮ ਕੀ ਨਾਮ ਹਾਂਜੀ ਕਾਜਲ ਤੁਸੀਂ ਕਿੱਥੋਂ ਰਹਿਣਾ ਮੋਗਾ ਜ਼ਿਲ੍ਹਾ ਕੋਟੀ ਸਿਖਾ ਅੱਛਾ ਮੋਗਾ ਜ਼ਿਲ੍ਹਾ ਦੇ ਤੁਸੀਂ ਠੀਕ ਹੈ ਠੀਕ ਹੈ ਇੱਥੇ ਅੱਜ ਕਿਵੇਂ ਮੇਰਾ ਬੇਟਾ ਪੜ੍ਹਦਾ ਇੱਥੇ ਚੰਡੀਗੜ੍ਹ ਹਾਂਜੀ ਨੀਟ ਦੀ ਤਿਆਰੀ ਕਰਦਾ ਪਿਆ ਪਲੱਸ ਟੂ 'ਚ ਬਹੁਤ ਵਧੀਆ ਗੱਲ ਆ ਚਲੋ ਕਿਵੇਂ ਤਾਂ ਲੱਗਿਆ ਵੈਸੇ ਐਜੂਕੇਸ਼ਨ ਪੱਖੋਂ ਕਿਵੇਂ ਲੱਗਦਾ ਹਾਂਜੀ ਐਜੂਕੇਸ਼ਨ ਵਧੀਆ ਚੰਡੀਗੜ੍ਹ 'ਚ ਆਪਾਂ ਕਈ ਬਹੁਤ ਵਧੀਆ ਸਟੱਡੀ ਕਰਵਾਉਂਦੇ ਹੈਲਿਕਸ 'ਚ ਪੜ੍ਹਦਾ ਮੇਰਾ ਬੇਟਾ ਬਹੁਤ ਵਧੀਆ ਸਟੱਡੀ ਕਰਵਾਉਂਦੇ ਟੀਚਰਸ ਬਹੁਤ ਵਧੀਆ ਹਾਂਜੀ ਬਟ ਮੈਂ ਕਹਿੰਦੀ ਹਾਂ ਸਾਰੇ ਦੇਸ਼ 'ਚ ਹੀ ਪੂਰਾ ਆਪਾਂ ਨੂੰ ਐਜੂਕੇਸ਼ਨ ਸਿਸਟਮ ਚੇਂਜ ਕਰਨਾ ਚਾਹੀਦਾ ਬਹੁਤ ਵਧੀਆ ਹੋਣਾ ਚਾਹੀਦਾ ਜੇ ਹਰ ਕੋਈ ਐਜੂਕੇਟਿਡ ਹੋਏਗਾ ਨੈਚੁਰਲੀ ਇਹ ਦੇਸ਼ 'ਚ ਤਰੱਕੀ ਕਰੇਗਾ ਆਪਣਾ ਦੂਸਰੀ ਗੱਲ ਹੈ ਕਰਪਸ਼ਨ ਨਹੀਂ ਹੋਣੀ ਚਾਹੀਦੀ ਮੈਂ ਇਸ ਚੀਜ਼ ਦੇ ਬਹੁਤ ਖਿਲਾਫ ਹੈ ਇਮਾਨਦਾਰੀ ਹੋਣੀ ਬਹੁਤ ਜ਼ਰੂਰੀ ਹੈ ਜਿਹੜੇ ਸਰਕਾਰੀ ਅਫਸਰ ਹੈ ਉੱਪਰ ਅਫਸਰ ਬੈਠੇ ਹੈ ਨਾ ਆਪਣੇ ਬਾਰੇ ਸੋਚਦੇ ਹੈ ਉਹ ਦੇਸ਼ ਤਾਂ ਹੀ ਆਪਣਾ ਪਿੱਛੇ ਜਾ ਰਿਹਾ ਦੇਸ਼ ਤਰੱਕੀ ਹੋ ਜਾਣੀ ਹੈ ਜੇ ਆਪਾਂ ਆਪਦੇ ਬਾਰੇ ਨਾ ਸੋਚ ਕੇ ਦੇਸ਼ ਦੇ ਬਾਰੇ ਸੋਚੀਏ ਅਤੇ ਇਮਾਨਦਾਰੀ ਨਾਲ ਜੋ ਮਿਹਨਤ ਜਿੰਨੀ ਕਰ ਰਿਹਾ ਉਹਨੂੰ ਉਹਦੀ ਮਿਹਨਤ ਦਾ ਫਲ ਮਿਲਣਾ ਚਾਹੀਦਾ ਬੱਚਿਆਂ ਨੂੰ ਹੁਣ ਬੱਚੇ ਬਾਹਰ ਜਾ ਰਹੇ ਆ ਬੱਚੇ ਬਾਹਰ ਕਿਉਂ ਜਾ ਰਹੇ ਆ ਕਿਉਂਕਿ ਬੱਚੇ ਇੱਥੇ ਵਿਚਾਰੇ ਥੱਕ ਜਾਂਦੇ ਬਹੁਤ ਮਿਹਨਤ ਕਰਦੇ ਫਿਰ ਉਹਨਾਂ ਨੂੰ ਜੋਬ ਨਹੀਂ ਮਿਲਦੀ ਜੋਬ ਨਹੀਂ ਮਿਲਦੀ ਬੱਚੇ ਥੱਕ ਕੇ ਬਾਹਰ ਚਲੇ ਜਾਂਦੇ ਆ ਆਪਾਂ ਜਿੰਨਾ ਬੱਚਾ ਇੱਥੇ ਮਿਹਨਤ ਕਰ ਰਿਹਾ ਆਪਾਂ ਨੂੰ ਬੱਚੇ ਨੂੰ ਉਸ ਮਿਹਨਤ ਦਾ ਫਲ ਮਿਲਣਾ ਚਾਹੀਦਾ ਬੱਚੇ ਨੂੰ ਇੰਪਲਾਇਮੈਂਟ ਜ਼ਰੂਰੀ ਆਪਾਂ ਐਜੂਕੇਸ਼ਨ ਸਿਸਟਮ ਆਪਣਾ ਇੰਪਰੂਵ ਕਰੀਏ ਇੱਥੇ ਬੱਚਿਆਂ ਨੂੰ ਮਿਲੇ ਚੰਗੀ ਨੌਕਰੀ ਮਿਲੇ ਉਹਨਾਂ ਦੀ ਮਿਹਨਤ ਦਾ ਫਲ ਮਿਲੇ ਬੱਚੇ ਕਿਉਂ ਬਾਹਰ ਜਾਣਗੇ ਆਪਣੇ ਪੇਰੈਂਟਸ ਤੋਂ ਦੂਰ ਹਰ ਕਿਸੇ ਤੋਂ ਦੂਰ ਬਹੁਤ ਮੁਸ਼ਕਿਲ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਰਪਸ਼ਨ ਨਹੀਂ ਹੋਣੀ ਚਾਹੀਦੀ ਆਪਣੇ ਦੇਸ਼ 'ਚ ਕਰਪਸ਼ਨ ਬੰਦ ਹੋਣੀ ਚਾਹੀਦੀ ਠੀਕ ਹੈ ਗੱਲਬਾਤ ਹੋਰਾਂ ਦੇ ਨਾਲ ਜਾਰੀ ਰਹੇ ਭਾਜੀ ਕੀ ਨਾਮ ਹੈ ਚਲੋ ਠੀਕ ਹੈ ਤੁਹਾਡਾ ਕੀ ਨਾਮ ਭਾਈ ਰੋਸ਼ਨ ਹੈ ਰੋਸ਼ਨ ਇਹ ਕਿੱਥੋਂ ਰਹਿਣ ਭਾਈ ਲੁਧਿਆਣਾ ਪੰਜਾਬੀ ਮੈਂ ਉੱਤਰਾਖੰਡ ਵਾਲੇ ਵੀ ਆਏ ਸੀ ਨਾ ਵਿੱਚ ਵਸਦੇ ਬਈ ਅੱਜ ਅੱਜ ਕਿਵੇਂ ਮੈਂ ਤਾਂ ਪੁੱਛਣਾ ਵੈਸੇ ਆਏ ਸੀ ਸਰਕਾਰ ਬਾਬਤ ਕਹਿਣਾ ਚਾਹੋਗੇ ਕੋਈ ਉਮੀਦ ਹੈਗੀ ਸਰਕਾਰ ਤੋਂ ਨਹੀਂ ਕੋਈ ਉਮੀਦ ਨਹੀਂ ਕੋਈ ਉਮੀਦ ਨਹੀਂ ਭਾਈ ਤੁਹਾਡਾ ਕੀ ਨਾਮ ਹੈ ਹਰਬੰਸ ਸਿੰਘ ਹੈ ਜੀ ਹਰਬੰਸ ਸਿੰਘ ਕੀ ਕੀਤਾ ਆਪਣਾ ਜੀ ਆਪਣਾ ਫੋਟੋਗ੍ਰਾਫੀ ਦਾ ਕੰਮ ਕਰ ਰਹੇ ਫੋਟੋਗ੍ਰਾਫੀ ਦਾ ਹਾਂਜੀ ਫਾਇਦਾ ਫੂਦਾ ਹੋ ਜਾਂਦਾ ਮਿਲ ਜਾਂਦਾ ਕੰਮ ਹਾਂਜੀ ਵਧੀਆ ਕੰਮ ਜੀ ਚੱਲ ਜਾਂਦਾ ਹਾਂਜੀ ਹਾਂਜੀ ਵਧੀਆ ਜੀ ਮੈਨੂੰ ਐਂ ਲੱਗੇ ਜਿਵੇਂ ਕਿਸਾਨ ਹੋ ਪਹਿਲਾਂ ਨਹੀਂ ਕਿਸਾਨ ਵੀ ਇਹ ਨਾਲ ਖੇਤੀ ਵੀ ਕਰਦੇ ਆ ਹਾਂਜੀ ਖੇਤੀਬਾੜੀ ਵਾਲੇ ਪਾਸੋਂ ਕਿਵੇਂ ਵੇਖਦੇ ਸਰਕਾਰ ਦਾ ਰਵੱਈਆ ਜਿਵੇਂ ਕਹੇ ਕੋਈ ਮੰਗ ਰਹੀ ਹੈ ਕਿਸਾਨ ਕੁਛ ਕਹਿੰਦੇ ਮੰਗਾਂ ਕਰ ਰਹੇ MSP ਵਰਗੀ ਮੰਗਾਂ ਨੇ ਕਿਵੇਂ ਵੇਖਦੇ ਸਰਕਾਰ ਕੁਛ ਨਹੀਂ ਕਰ ਰਹੀ ਜੀ ਜਿਹਨੂੰ ਮਰਜ਼ੀ ਵੋਟਾਂ ਪਾ ਦਿਓ ਜੀ ਬਸ ਆਪਦਾ ਹੀ ਢੱਟ ਭਰਦੀ ਹੈ ਸਰਕਾਰ ਤਾਂ ਇਹ ਸਾਈਡ ਬਾਈ ਕਰਦੇ ਫਿਰ ਬਿਜ਼ਨਸ ਆਪਣਾ ਫੋਟੋ ਸਾਈਡ ਬਾਈ ਹੈ ਕਿ ਉਧਰੋਂ ਜੇ ਘਾਟਾ ਪੈਂਦਾ ਤਾਂ ਇਧਰੋਂ ਪੂਰਾ ਕਰ ਲਈਏ ਫੋਟੋ ਨਹੀਂ ਨਹੀਂ ਨਾਲ ਹੀ ਚੱਲੀ ਜਾਂਦਾ ਨਾਲ ਹੀ ਹਾਂਜੀ ਤੇ ਬਈ ਅਗਲੀ ਉਮੀਦ ਕੀ ਆ ਕਿਸਾਨ ਪੱਖੋਂ ਦੇਖੋ ਜਾਂ ਇਹਦਾ ਫੋਟੋਗ੍ਰਾਫਰ ਦੇਖੋ ਸਰਕਾਰ ਤੋਂ ਅਗਲੀ ਉਮੀਦ ਕੀ ਰੱਖ ਰਹੇ ਹੋ ਦੇਖੋ ਵੀਰ ਜੀ ਕੋਈ ਉਮੀਦ ਨਹੀਂ ਸਰਕਾਰਾਂ ਤੋਂ ਸਾਡੇ ਬੱਚੇ ਸੀਗੇ ਬਾਹਰ ਤੋਰੇ ਆ ਅਸੀਂ ਅੱਜ ਮੈਂ ਪਾਸਪੋਰਟ ਫੜ ਕੇ ਲਿਆਇਆ ਬੇਟੀ ਦਾ ਇੱਥੋਂ ਵੀਜ਼ਾ ਲੱਗਿਆ ਗਾ ਤਿੰਨ ਬੇਟੀਆਂ ਬਾਹਰ ਤੋਰੀਆਂ 25-25-30 ਲੱਖ ਰੁਪਈਆ ਲਾ ਕੇ ਤੋਰਦੇ ਹਾਂ ਜੀ ਬੜਾ ਖਰਚਾ ਆ ਗਿਆ ਹਾਂਜੀ ਜੇ ਹੁਣ ਸਰਕਾਰ ਕੁਛ ਕਰੇ ਆਪਾਂ ਬੱਚਿਆਂ ਨੂੰ ਕਿਉਂ ਬਾਹਰ ਤੋਰੀਏ ਜੀ ਬੱਚਿਆਂ ਦਾ ਵੀ ਭਵਿੱਖ ਖਰਾਬ ਹੋ ਜਾਂਦਾ ਜੀ ਇੱਥੇ ਕੋਈ ਉਮੀਦ ਨਹੀਂ ਇਹਨਾਂ ਤੋਂ ਸਰਕਾਰਾਂ ਤੋਂ ਜੀ ਜਿਹਨੂੰ ਮਰਜ਼ੀ ਵੋਟਾਂ ਪਾ ਲਓ ਜੀ ਦੇਖੋ ਜੀ ਇੱਕ ਸੇਮ ਹੀ ਚੀਜ਼ ਹੈ ਜੀ ਕਾਰਗੁਜ਼ਾਰੀ ਨੰਬਰ ਕਿੰਨੇ ਦੋਗੇ ਚਲੋ ਅਖੀਰਲਾ ਸਵਾਲ ਪੁੱਛ ਲਿਓ 10 ਦੇ ਵਿੱਚੋਂ ਕੋਈ ਨੰਬਰ ਨਹੀਂ ਸਰ ਜੀ ਇਹਨਾਂ ਦਾ ਕੋਈ ਤਾਂ ਆਪਣਾ ਜਿਵੇਂ ਆਪਾਂ ਜਵਾਕਾਂ ਨੂੰ ਮਿਲਦਾ ਨਾ 10 ਦੇ ਵਿੱਚੋਂ ਉਹਦੇ ਜਿੰਨੇ ਸਹੀ ਹੁੰਦੇ ਆਪਾਂ ਉਹਨੇ ਨੰਬਰ ਤੁਹਾਡੇ ਬਸ ਲਾ ਲਓ ਜੀ 2-3 ਨੰਬਰ ਲਾ ਲਓ ਜੀ ਬਸ ਹਾਂਜੀ ਸਰਕਾਰਾਂ ਤਾਂ ਇਹੀ ਕੰਮ ਆ ਜੀ ਬਸ ਹਾਂਜੀ ਤੁਹਾਡਾ ਨਾਮ ਕੀ ਹੈ ਭਾਜੀ ਮੁਲਾਜ਼ਮ ਆ ਭਰਾਵਾ ਮੁਲਾਜ਼ਮ ਤਾਂ ਹੀ ਮੂੰਹ ਢੱਕ ਲਿਆ ਮੁਲਾਜ਼ਮ ਚਲੋ ਕੋਈ ਨਾ ਮੁਲਾਜ਼ਮ ਹੀ ਬੋਲ ਪੈਂਦੇ ਭਾਈ ਤੁਹਾਡਾ ਕੀ ਨਾਮ ਭਾਜੀ ਗੌਰਵ ਗੌਰਵ ਇੱਥੇ ਕੰਮ ਜਾਂ ਪੜ੍ਹਾਈ ਕੰਮ ਕੰਮ ਅੱਛਾ ਕਿਹੜੇ ਸੈਕਟਰ ਭਾਜੀ IT ਪਾਰਕ ਦੇ ਵਿੱਚ ਫਿਰ ਤਾਂ ਵਧੀਆ ਕੰਮ ਹੀ ਹੈ ਤੁਹਾਡਾ IT ਵਾਲਿਆਂ ਦਾ ਕਿਵੇਂ ਲੱਗਦਾ ਭਾਅ ਜੀ ਸਰਕਾਰ ਦਾ ਰਵੱਈਆ ਤੁਹਾਡੇ ਸੈਕਟਰ ਦੇ ਵਿੱਚ ਸਹੀ ਚੱਲ ਰਿਹਾ ਸਾਰਾ ਕੁਛ ਕਿਵੇਂ ਵੇਖ ਰਹੇ ਹੋ 2024 ਤੋਂ ਪਹਿਲਾਂ ਸਰਕਾਰ ਸੀ ਕੇਂਦਰ ਦੇ ਵਿੱਚ ਵਧੀਆ ਲੱਗਿਆ ਸਮਾਨ
ਹਾਂ ਮਤਲਬ ਠੀਕ ਹੈ, ਬਟ ਮੇਨ ਚੀਜ਼ ਹੈ ਕਿ ਜੋ ਮਤਲਬ ਇੱਕ ਗੂੜ ਹੁੰਦਾ ਨਾ ਨੀਚੇ ਹੁੰਦਾ, ਜਿੱਦਾਂ ਇੱਕ ਬੁਨਿਆਦ ਹੁੰਦੀ, ਉੱਥੋਂ ਥੋੜ੍ਹਾ ਕੰਮ ਕਰਨ ਦੀ ਲੋੜ ਹੈ, ਕਿਉਂਕਿ ਬੁਨਿਆਦ ਹੀ ਸਟਰੋਂਗ ਨਹੀਂ ਹੈਗੀ ਫਿਰ ਉੱਪਰ ਜਿੰਨਾ ਮਰਜ਼ੀ ਤੁਸੀਂ ਵਧੀਆ ਔਫਿਸਰ ਲੈ ਆਓ ਕੋਈ ਦਿੱਕਤ ਨਹੀਂ। ਨੀਚੋ ਦੀ ਜਿਹੜਾ ਇੱਕ ਸਿਸਟਮ ਹੈ ਰਿਪੋਰਟਿੰਗ ਸਿਸਟਮ ਜਿਹੜਾ, ਉਹ ਮੈਂ ਕਹਿਣਾ ਚਾਹੁੰਦਾ ਕਿ ਰਿਪੋਰਟਿੰਗ ਸਿਸਟਮ ਅੱਛਾ ਹੋਣਾ ਚਾਹੀਦਾ, ਠੀਕ ਹੈ। ਰਿਪੋਰਟਿੰਗ ਸਿਸਟਮ ਮਤਲਬ ਅਗਰ ਕੋਈ ਅਫਸਰ ਕੰਮ ਕਰ ਰਿਹਾ ਉਹਦੇ ਉੱਪਰ ਇੱਕ ਰਿਪੋਰਟਰ ਜ਼ਰੂਰ ਹੋਣਾ ਚਾਹੀਦਾ ਜਿਹਨੂੰ ਉਹ ਰਿਪੋਰਟ ਕਰਦਾ, ਜਿੰਨਾ ਉਹਨੂੰ ਡਰ ਰਹੇ ਕਿ ਕੱਲ੍ਹ ਨੂੰ ਮੈਂ ਕੁਝ ਗਲਤ ਕੀਤਾ ਤਾਂ ਮੈਨੂੰ ਵੀ ਕਿਸੇ ਨੂੰ ਜਵਾਬ ਦੇਣਾ ਪੈਣਾ। ਉਹ ਸਿਸਟਮ ਮੈਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਆਪਣਾ ਆਪਣੇ ਆਪਣੇ ਸਟੇਟ ਦੇ ਵਿੱਚ ਚੰਗਾ ਹੈਗਾ ਜਾਂ ਆਪਣੇ ਆਪਣੇ ਦੇਸ਼ ਦੇ ਵਿੱਚ ਚੰਗਾ ਹੈਗਾ। ਅਗਰ ਉਹ ਸਿਸਟਮ ਚੰਗਾ ਹੋ ਜਾਊਗਾ ਤਾਂ ਸਾਰੀ ਚੀਜ਼ਾਂ ਆਪਣੇ ਆਪ ਸੁਧਰਨੀਆਂ ਸ਼ੁਰੂ ਹੋ ਜਾਣੀਆਂ। ਉਮੀਦ ਕੀ ਕਰ ਰਹੇ ਹੋ ਭਾਅ ਜੀ ਸਰਕਾਰ ਤੋਂ, ਜਿਵੇਂ ਕੋਈ ਕਹਿੰਦਾ ਕੋਈ ਐਜੂਕੇਸ਼ਨ ਕਹਿੰਦਾ ਕੋਈ ਹੈਲਥ ਕਹਿੰਦਾ ਕੋਈ ਰੋਟੀ ਕੱਪੜਾ ਮਕਾਨ, ਤੁਹਾਡਾ ਮੇਨਲੀ ਐਜੂਕੇਸ਼ਨ ਔਰ ਹੈਲਥ ਹੀ ਹੁੰਦੀ ਹੈ, ਬਾਕੀ ਤਾਂ ਜਿਹੜੀ ਇੰਡਸਟਰੀ ਹੈ ਇੰਡਸਟਰੀ ਚਾਹੀਦੀ ਹੁੰਦੀ ਹੈ ਤਾਂ ਕਿ ਜੋਬਸ ਹੋਰ ਜ਼ਿਆਦਾ ਬਣ ਸਕੇ ਕ੍ਰੀਏਟ ਹੋ ਸਕਣ। ਬਾਕੀ ਮੇਨਲੀ ਜ਼ਿਆਦਾ ਕੀ ਹੈ ਆਪਣਾ ਨੌਰਥ ਦੇ ਸਾਈਡ ਦੇ ਟ੍ਰੈਂਡ ਕੀ ਹੈ, ਜ਼ਿਆਦਾ ਤੋਂ ਜ਼ਿਆਦਾ ਜਨਤਾ ਬਾਹਰ ਜਾ ਰਹੀ ਹੈ। ਕਿਉਂ ਜਾ ਰਹੀ ਹੈ? ਕਿਉਂਕਿ ਆਪਣੇ ਇੱਥੇ ਇੰਪਲੋਇਮੈਂਟ ਹੈ ਨਹੀਂ, ਜਿਹੜੇ ਬਾਹਰ ਨਹੀਂ ਜਾਂਦੇ ਜਿਨ੍ਹਾਂ ਦਾ ਨਹੀਂ ਜਾਣ ਦਾ ਮਨ ਹੁੰਦਾ ਉਹ ਜ਼ਿਆਦਾ ਜ਼ਿਆਦਾ ਸਾਊਥ ਵੱਲ ਦੌੜਨ ਲੱਗ ਪੈਂਦੇ, ਕਿਉਂਕਿ ਸਾਰਾ ਜਿਹੜਾ ਹੱਬ ਹੈ ਉੱਧਰ ਹੀ ਹੈ, ਠੀਕ ਹੈ। ਕੁਛ ਆਪਣਾ ਦਿੱਲੀ ਸਾਈਡ ਹੈ ਜਾਂ ਕੁਛ ਆਪਣਾ ਇੱਧਰ ਚੰਡੀਗੜ੍ਹ ਹੈ, ਬਾਕੀ ਆਪਣੀ ਸਟੇਟ 'ਚ ਤਾਂ ਕਿਤੇ ਵੀ ਆਪਣਾ ਆਈ ਟੀ ਦਾ ਸੈਕਟਰ ਨਹੀਂ ਮਿਲਦਾ। ਆਈ ਟੀ ਸੈਕਟਰ ਬਿਲਕੁਲ ਬਿਲਕੁਲ ਬਿਲਕੁਲ। ਨੰਬਰ ਕਿਵੇਂ ਦਊਂਗੇ ਦੱਸ ਦਿਓ, ਕਾਰਗਜ਼ਾਰੀ ਕੇਂਦਰ ਦੀ ਨੂੰ ਕਿ ਸਟੇਟ ਦੀ ਨੂੰ? ਕੇਂਦਰ ਦੀ ਕੇਂਦਰ ਦੀ ਤਾਂ ਔਖਾ ਹੈ, ਤਿੰਨ ਤੋਂ ਚਾਰ। ਬਾਬੀ ਕੀ ਨਾਮ ਹੈ ਆਪਣਾ? ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਸਫ਼ਰ ਕਰ ਰਹੇ ਨੇ ਭਾਜੀ, ਕੀ ਨਾਮ ਹੈ? ਗੁਰਪ੍ਰੀਤ ਜੀ। ਅੱਜ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਨਾਲ ਤੁਹਾਡਾ ਬੇਟਾ ਮਿਲਿਆ ਦਾ? ਹਾਂਜੀ। ਐਜੂਕੇਸ਼ਨ ਪੱਖੋਂ ਠੀਕ ਲੱਗ ਰਿਹਾ ਸਾਰਾ ਕੁਛ ਬੇਟੇ ਦਾ? ਹਾਂਜੀ। ਆ ਮਹਿੰਗੀ ਆ, ਇਹ ਤਾਂ ਮਹਿੰਗਾਈ ਨਾਲ ਹਰੇਕ ਚੀਜ਼ ਹੀ ਮਹਿੰਗੀ ਆ ਬਾਈ। ਆਪਣੇ ਸਿਰ ਤੇ ਜਾਂ ਪਰਮਾਤਮਾ ਤੇ? ਸਰਕਾਰਾਂ 'ਚ ਕੋਈ ਉਮੀਦ ਨਹੀਂ, ਜਿਹੜਾ ਬਣਦਾ ਬਸ ਪਹਿਲਾਂ ਆਪਣਾ ਢਿੱਡ ਭਰਦਾ, ਕੋਈ ਉਮੀਦ ਨਹੀਂ ਜੀ ਇਹਨਾਂ ਤੋਂ। ਭਾਅ ਜੀ ਕੀ ਨਾਮ ਹੈ? ਸਰਕਾਰੀ ਲੱਗਦੇ ਮੁਲਾਜ਼ਮ ਤਾਂ। ਤੁਹਾਡਾ ਕੀ ਨਾਮ ਬਾਬੂ? ਜਗਰਾਜ ਸਿੰਘ। ਅੱਜ ਸਫ਼ਰ ਕਰ ਰਹੇ ਹੋ ਬੱਸ ਦੇ ਵਿੱਚ, ਕੋਈ ਕੰਮ ਆਏ ਸੀ ਇੱਥੇ? ਹਾਂਜੀ। ਕੀ ਕੰਮ ਆਏ ਸੀਗੇ? ਕੰਮ ਆਏ ਮੇਰਾ ਨਾ ਝਗੜਾ ਹੋਏ ਕਿਸੇ ਨਾ, ਮੈਂ ਦਫ਼ਤਰ ਆਇਆ ਸੀ BJP ਦੇ, ਉੱਤੇ ਦਰਖਾਸਤ ਦੇ ਕੇ ਪਰਸੋਂ ਦੇ ਆਏ ਸੀ ਇੱਥੇ ਆਉਣਾ ਪਿਆ ਸਾਨੂੰ। ਹਾਂ ਹਾਂ ਹਾਂ, ਇਹ 7ਵੇਂ 8ਵੇਂ ਮਹੀਨੇ ਦਾ ਚੱਲਦਾ ਜੀ ਪ੍ਰੋਗਰਾਮ, ਇਹ ਕੋਈ ਸੁਣ ਹੀ ਨਹੀਂ ਰਿਹਾ, ਮੁਲਾਜ਼ਮ ਸੁਣ ਨਹੀਂ ਰਿਹਾ ਕਿਸੇ ਦੀ ਕੋਈ। SSP ਤਾਂ ਵੀ ਆ ਵੇਖ ਲਓ, ਦਰਖਾਸਤਾਂ ਝੋਲਾ ਭਰਿਆ ਪਿਆ ਮੇਰੇ ਕੋਲ। ਕਿੱਥੋਂ ਆਏ ਸੀਗੇ? ਰਾਮੂ ਵਾਲੇ ਤੋਂ। ਅੱਛਾ, ਰਾਮੂ। ਝੋਲਾ ਭਰਿਆ ਪਿਆ ਸਾਰੀਆਂ, SSP ਨੂੰ ਦਰਖਾਸਤਾਂ ਦਿੱਤੀਆਂ ਹੋਈਆਂ, ਕਿਸੇ ਨੇ ਵੀ ਇਹ ਗੱਲ ਨਹੀਂ ਪੁੱਛੀ ਵੀ ਤੂੰ ਕਿੱਧਰੋਂ ਆਇਆ ਕਿੱਧਰ ਨੂੰ ਜਾਣਾ, ਨਾ ਅੱਖਾਂ ਮੀਚ ਕੇ ਸੁੱਤੇ ਆ। ਪਰ ਮਸਲਾ ਤਾਂ ਇਹ ਵੀ ਇਹਦਾ ਹੁਣ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਕੀ ਕਰਨਾ ਹੁਣ। ਇਹਨਾਂ ਅਫਸਰਾਂ ਨੇ ਜਿਹੜੇ, ਸਾਰਿਆਂ ਨੂੰ ਤਾਂ ਆਪਾਂ ਨਹੀਂ ਕਹਿ ਸਕਦੇ, ਪਰ ਇਹਨਾਂ ਨੇ ਇਹ ਸਰਕਾਰ ਦਾ ਬੇੜਾ ਗਰਕ ਕਰਤਾ, ਛੋਟੇ ਮੁਲਾਜ਼ਮ ਨੇ ਜਾਣੀ, ਸਾਰਿਆਂ ਨੂੰ ਨਹੀਂ ਕਹਿ ਸਕਦੇ, ਵਿੱਚ ਜਾਣੀ ਹੈਗੇ ਆ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਕਹਿ ਸਕਦੇ ਆਪਾਂ।
ਪਰ ਇਹਨਾਂ ਨੇ ਇਹਨਾਂ ਦਾ ਬੀੜਾ ਗਰਕ ਕਰਤਾ ਛੋਟੇ ਮੁਲਾਜ਼ਮਾਂ ਨੇ, ਕੁਛ ਕੁ ਮੁਲਾਜ਼ਮਾਂ ਨੇ, ਸਾਰਿਆਂ ਨੂੰ ਨਹੀਂ ਕਹਿ ਸਕਦੇ ਆਪਾਂ। ਕੋਈ ਇੱਕ ਕਹਿੰਦੇ ਉਮੀਦਵਾਰ ਹੁੰਦਾ ਚੋਣਾਂ ਦੇ, ਜਿਹੜਾ ਉਮੀਦਵਾਰ ਉਹਨਾਂ ਨੂੰ ਵੋਟ ਦੀ ਉਮੀਦ ਹੁੰਦੀ ਆ ਲੋਕਾਂ ਤੋਂ, ਜਿਹੜਾ ਵੋਟਰ ਹੁੰਦਾ ਉਹਨੂੰ ਉਮੀਦਵਾਰ ਤੋਂ ਇਹ ਉਮੀਦ ਹੁੰਦੀ ਹੈ ਕਿ ਸਾਡੇ ਵਾਸਤੇ ਕੋਈ ਕੰਮ ਕਰਕੇ ਲਓ, ਸਾਡਾ ਹਲਕੇ ਦੀ ਡਿਵੈਲਪਮੈਂਟ ਹੋਊਗੀ, ਜਾਂ ਸਾਡੇ ਜਵਾਕਾਂ ਨੂੰ ਨੌਕਰੀ, ਜਾਂ ਜਿਵੇਂ ਤੁਸੀਂ ਕਿਹਾ ਸਾਡਾ ਮਸਲਾ ਚੱਲ ਰਿਹਾ ਹੈਗਾ, ਤੁਹਾਡੇ ਕੀ ਉਮੀਦ? ਦੇਖੋ ਜੀ, ਇਸ ਹਿਸਾਬ ਨਾਲ ਤਾਂ ਉਮੀਦਾਂ ਇਹਨਾਂ ਤੋਂ ਖਤਮ ਹੋ ਚੁੱਕੀਆਂ, ਅੱਗੇ ਵਾਸਤੇ ਵੀ ਨਹੀਂ ਰਹੂਗੀ ਇਹਨਾਂ 'ਤੇ, ਹੁਣ ਤਾਂ ਕਦੀ ਰਹਿਣੀ, ਬਸ ਖਤਮ ਹੀ ਆ ਕੰਮ, ਗਾਂਹ ਕਰ ਲਓ ਗੱਲ ਹੁਣ ਤੁਸੀਂ। ਤੁਹਾਡੇ ਕੀ ਨਾਮ? ਪੰਕਜ ਦਾਸ। ਕਿੱਥੋਂ ਰਹਿਣਾ? ਮੈਂ ਸਰ ਲੁਧਿਆਣੇ ਤੋਂ ਆਇਆ ਸੀ, ਆਇਆ ਸੀ ਚੰਡੀਗੜ੍ਹ, ਠੀਕ ਹੈ, ਚੰਡੀਗੜ੍ਹ ਨੂੰ ਮੇਰਾ ਘਰ ਆ, ਮੈਂ ਲੁਧਿਆਣੇ ਗਿਆ, 4-5 ਸਾਲ ਰਹਿ ਲਿਆ, ਹੁਣ ਵਾਪਸ ਆਪਣੇ ਚੰਡੀਗੜ੍ਹ ਆ ਚੱਲਿਆ, ਠੀਕ ਹੈ, ਉੱਧਰ ਦਾ ਮਾਹੌਲ ਮੈਨੂੰ ਜੱਚਿਆ ਨਹੀਂ, ਜੱਚਿਆ ਨਹੀਂ, ਨਾ ਹੈਲਥ ਕੋਈ ਸਿਸਟਮ ਹੈ, ਨਾ ਐਜੂਕੇਸ਼ਨ ਦਾ ਪ੍ਰੋਪਰ ਹੈ, ਨਾ ਸਟਰੀਟ ਵਧੀਆ ਹੈ, ਹੁਣ ਮੈਂ ਲੁਧਿਆਣੇ ਜਲੰਧਰ ਬਾਈਪਾਸ ਦੇ ਨੇੜੇ ਰਾਹੋ ਰੋਡ 'ਤੇ ਰਹਿੰਦਾ, ਠੀਕ ਹੈ, ਇੰਨਾ ਪਾਣੀ ਹੁੰਦਾ, ਇੰਨਾ ਪਾਣੀ ਹੁੰਦਾ ਨਾ, ਤਾਂ ਮੈਂ ਇਸ ਨੂੰ ਦੁਖੀ ਹੋ ਕੇ ਮੈਂ ਛੱਡ ਚੱਲਿਆ, ਮੈਂ ਨਹੀਂ ਰਹਿਣਾ ਇੱਧਰ ਲੁਧਿਆਣੇ ਨੂੰ, ਇੱਧਰ ਹੀ ਵਾਪਸ, ਹੁਣ ਬੱਚੇ ਦਾ ਐਡਮਿਸ਼ਨ ਦੇ ਚੱਕਰ 'ਤੇ ਗੇੜੇ ਕੱਟ ਰਿਹਾ ਮੈਂ, ਚੰਡੀਗੜ੍ਹ ਹੋ ਜਾਏਗਾ ਐਡਮਿਸ਼ਨ, ਬਟ ਉਮੀਦ ਹੈ ਸੋਮਵਾਰ ਨੂੰ ਹੋ ਜਾਏਗੀ, ਠੀਕ ਹੈ, ਫਿਰ ਮੈਂ ਸੋਮਵਾਰ ਨੂੰ ਵਾਪਸ ਆ ਜੂੰਗਾ, ਇਹ ਹੈ, ਫਿਰ ਮਹੀਨੇ ਦੋ ਮਹੀਨੇ 'ਚ ਮੈਂ ਸਾਰਾ ਸਮੇਟ ਕੇ ਆਪਣਾ ਕਾਰੋਬਾਰ ਵਾਪਸ। ਸਰਕਾਰ ਤੋਂ ਕੀ ਉਮੀਦ ਕਰ ਰਹੇ ਹੋ? ਪਹਿਲਾਂ ਤਾਂ ਆਪਾਂ ਪੁੱਛ ਲਈ ਵੀ 2024 ਤੋਂ ਪਹਿਲਾਂ 10 ਸਾਲ ਕੇਂਦਰ ਦੇ ਵਿੱਚ ਸਰਕਾਰ ਰਹੀ ਹੈ, ਕਿਵੇਂ ਦੇ ਲੱਗੇ ਹੋ ਦਿਨ, ਕੀ ਜੋ ਵਾਅਦੇ ਕੀਤੇ ਸੀਗੇ ਲੋਕਾਂ ਦੇ ਵਿੱਚ ਆ ਕੇ ਪੂਰੇ ਹੋਏ ਕਿ ਨਹੀਂ ਹੋਏ, ਕਿ ਤੁਹਾਡੇ ਕੀ ਕਹਿਣਾ? ਉਹ ਤਾਂ ਵਾਅਦੇ ਪੂਰੇ ਹੋਏ, ਹੁਣ ਜਿਹੜੀ ਮੌਜੂਦਾ ਸਰਕਾਰ ਹੈ ਨਾ, ਇਹਨੇ ਇੱਕ ਆਪਣਾ ਵਾਅਦਾ ਪੂਰਾ ਕੀਤਾ ਬਿਜਲੀ ਦਾ, ਠੀਕ ਹੈ, ਹੁਣ ਦੂਜਾ ਹੋਣਾ ਚਾਹੀਦਾ ਵੀ ਸੜਕਾਂ ਦਾ ਵੀ ਮਸਲਾ ਹੱਲ ਹੋਵੇ, ਪਿੰਡਾਂ ਦੇ ਵਿੱਚ ਸੜਕਾਂ ਦਾ ਬੁਰਾ ਹਾਲ, ਕਿਤੇ ਚਲੇ ਜਾਓ ਪਿੰਡ, ਮੈਂ ਘੁੰਮ ਲਿਆ, ਮੈਂ ਸੇਲਮੈਨ ਦਾ ਕੰਮ ਕਰਦਾ, ਪਿੰਡ ਪਿੰਡ ਹੀ ਘੁੰਮਦਾ, ਸੜਕਾਂ ਦਾ ਬਹੁਤ ਬੁਰਾ ਹਾਲ, ਠੀਕ ਹੈ, ਹੈਲਥ ਸਿਸਟਮ। ਅਗਲੀ ਉਮੀਦ ਕੀ ਹੈ? ਮੈਂ ਇਹੀ ਚਾਹੁੰਦਾ ਸਰਕਾਰ ਨੂੰ ਦਰਖਾਸਤ ਕਰਦਾ ਵੀ ਸੜਕਾਂ ਅਤੇ ਹੈਲਥ ਸਿਸਟਮ ਦੋ ਸਹੀ ਕਰੋ ਪੰਜਾਬ ਦੇ ਵਿੱਚ, ਇਹ ਪਿੰਡਾਂ ਦੀ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਜੀ, ਨਾ ਕੋਈ ਸਟਰੀਟ ਹੈ, ਨਾ ਕੋਈ ਕੁਛ ਹੈ, ਇਹ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਜੋ ਇੱਥੇ ਸਫ਼ਰ ਕਰ ਰਹੇ ਨੇ, ਜੋ ਲਗਾਤਾਰ, ਮੈਡਮ ਇੱਧਰ ਆਏ ਤੁਸੀਂ, ਜੋ ਇੱਥੇ ਲਗਾਤਾਰ ਬੱਸਾਂ ਦੇ ਵਿੱਚ ਕਹਿ ਸਕਦੇ ਰੋਜ਼ ਦਰਾਡੇ ਭਾਈ, ਮੈਂ ਤਾਂ ਵੀਰ ਮੁਲਾਜ਼ਮ, ਮੈਂ ਤਾਂ ਮੁਲਾਜ਼ਮ, ਮੈਂ ਇੱਧਰ ਪੁੱਛ ਲਾ ਮੁਲਾਜ਼ਮ, ਅੱਛਾ ਮੁਲਾਜ਼ਮ ਉਹ ਤਾਂ ਤੁਹਾਡੇ ਤੋਂ ਰਹਿਣ ਦਿੰਦੇ ਆ ਫਿਰ, ਹੈ ਨਾ, ਮੈਂ ਕਹਿੰਦਾ ਤੁਸੀਂ ਵੈਸੇ ਸੰਗ ਰਹੇ ਥੋੜ੍ਹਾ ਥੋੜ੍ਹਾ ਮਿਲਾ ਦਾ, ਅੱਛਾ ਹਾਂ ਰਹਿਣ ਦਿੰਦੇ, ਚਲੋ ਮੈਡਮ ਤੁਹਾਡਾ ਕੀ ਨਾਮ? ਸਿਲੰਡਰ ਸਸਤੇ ਕਰਨੇ ਚਾਹੀਦੇ ਨਾ, ਹੋਰ ਵੀ ਚੀਜ਼ਾਂ ਬਹੁਤ ਮਹਿੰਗੀਆਂ, ਦਾਲਾਂ ਸਬਜ਼ੀਆਂ ਬਹੁਤ ਮਹਿੰਗੀਆਂ, ਬਸ। ਭਾਈ ਤੁਹਾਡਾ ਕੀ ਨਾਮ? ਹਰਸ਼ ਕੁਮਾਰ। ਕਿੱਥੋਂ ਦੇ ਰਹਿਣ ਵਾਲੇ? ਸਮਰਾਲਾ। ਸਮਰਾਲਾ, ਅੱਛਾ, ਪੰਜਾਬ ਦੇ? ਹਾਂਜੀ। ਅਤੇ ਭਾਅ ਜੀ ਕੀ ਕਹਿਣਾ ਚਾਹੋਗੇ, ਜਿਵੇਂ ਇੱਕ ਵੋਟਰ ਨੂੰ ਉਮੀਦ ਹੁੰਦੀ ਆ ਕਿ ਸਾਡਾ ਉਮੀਦਵਾਰ ਸਾਡੇ ਵਾਸਤੇ ਵੱਧ ਤੋਂ ਵੱਧ ਕੰਮ ਕਰੇ, ਵਾਅਦੇ ਕਰਕੇ ਜਾਂਦੇ ਆ, ਪਿੰਡਾਂ ਦੇ ਵਿੱਚ ਬਹਿ ਕੇ ਵੀ ਜਾਂਦੇ ਆ, ਹੈ ਨਾ, ਇਕੱਲੇ ਇਕੱਲੇ ਬੰਦੇ ਨਾਲ ਗੱਲ ਕਰਕੇ ਆਉਂਦੇ ਕਿਉਂਕਿ ਵੋਟ ਲੈਣੀ ਹੁੰਦੀ ਹੈ, ਕੀ ਲੱਗਦਾ ਹੋਊ ਜਦੋਂ ਵੋਟਾਂ ਲੈਣੇ ਅਸੀਂ ਵਾਅਦੇ ਕੀਤੇ ਉਹ ਪੂਰੇ ਹੋਏ? ਨਾ ਕੋਈ ਵਾਅਦਾ ਪੂਰਾ ਨਹੀਂ ਹੋਇਆ। ਕਿਸ ਤਰ੍ਹਾਂ ਦਾ ਸੀਗਾ ਜਿਹੜਾ ਵਾਅਦਾ ਨਹੀਂ ਪੂਰਾ? ਬਹੁਤ ਵਧੀਆ ਲੱਗਦਾ ਸੀਗਾ ਵੀ ਨਵੀਂ ਸਰਕਾਰ ਆਊਗੀ, ਸਾਨੂੰ ਬਹੁਤ ਫੈਸਿਲਿਟੀ ਮਿਲੂਗੀ, ਬਹੁਤ ਕੁਛ ਹੋਊਗਾ, ਇੱਕ ਰੰਗਲਾ ਪੰਜਾਬ ਬਣੂਗਾ, ਪਰ 50% ਠੀਕ ਹੈ ਮੈਡੀਕਲ ਸਹੂਲਤ, ਹਜੇ ਬਹੁਤ ਮੈਡੀਕਲ ਸਹੂਲਤ ਬਾਕੀ ਪਈ ਹੈ, ਉਸਨੂੰ ਪੂਰਾ ਕਰ। ਜਿਸ ਤਰ੍ਹਾਂ ਹੁਣ ਮੰਨ ਲਓ ਅਸੀਂ 32 'ਚ ਸਾਨੂੰ ਜੋ ਵੀ ਪੰਜਾਬ 'ਚ ਆਪਾਂ ਨੂੰ ਮੈਡੀਕਲ ਦੀ ਸਹੂਲਤ ਮਿਲਣੀ ਚਾਹੀਦੀ ਹੈ, ਅਸੀਂ 32 'ਚ ਆ ਰਹੇ ਹਾਂ,
ਬੱਤੀ ਚੌਵੀ ਹੁਣ ਲਾ ਲਓ ਦੂਜਾ ਤੀਸਰਾ ਚੌਥਾ ਗੇੜਾ ਹੋ ਗਿਆ ਕੱਜ ਜਾ ਕੇ ਮਿਲਣੀ ਆ ਉਹਨਾਂ ਨੇ ਵੀ ਆਪਣੇ ਪੂਰੇ ਉਹ ਕਰਨੀ ਆ ਠੀਕ ਹੈ ਨਾ ਅਤੇ ਉਮੀਦ ਕੀ ਆ ਭਾਅ ਜੀ ਹੁਣ ਨਵੇਂ ਵੀ ਆਉਣਗੇ ਉਮੀਦਵਾਰ ਉਹ ਵੀ ਉਹੀ ਵਾਅਦੇ ਕਰਨਗੇ ਹੈ ਨਾ ਉਹ ਵੀ ਕਹਿਣਗੇ ਵੀ ਅਸੀਂ ਵਾਅਦੇ ਪੂਰੇ ਕਰਾਂਗੇ ਅੱਜ ਵੋਟ ਪਾ ਦਿਉ ਹੁਣ ਉਮੀਦ ਕੀ ਆ ਉਹਨਾਂ ਤੋਂ ਹੁਣ ਕੋਈ ਉਮੀਦ ਨਹੀਂ ਹੁਣ ਤਾਂ ਆਪਣੇ ਆਪ 'ਤੇ ਉਮੀਦ ਆ ਆਪਣੇ ਆਪ 'ਤੇ ਉਮੀਦ ਬਿਲਕੁਲ ਮਨ 'ਚ ਕੋਈ ਹੈ ਨਹੀਂ ਕੋਈ ਆਸ ਨਹੀਂ ਆਪਣੇ 'ਤੇ ਆਸ ਆ ਮਿਹਨਤ ਕਰਾਂਗੇ ਬਸ ਜਿੱਧਰ ਜਾਣਾ ਉੱਧਰ ਜਾਵਾਂਗੇ ਠੀਕ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਲੋਕਾਂ ਦੇ ਵਧੀਆ ਸੁਝਾਅ ਦੇਖਣ ਨੂੰ ਮਿਲੇ ਜਿਸ ਦੇ ਵਿੱਚ ਕਹਿ ਸਕਦੇ ਕਿ ਲਾਰੀ ਦੇ ਵਿੱਚ ਅੱਜ ਜਾ ਰਹੇ ਸੀਗੇ ਲਾਰੀ ਦੇ ਵਿੱਚ ਲਾਰੇ ਦਿਖੇ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਬਹੁਤ ਵਧੀਆ ਸੁਝਾਅ ਦਿੱਤੇ ਗਏ ਜਿਸ ਤਰੀਕੇ ਦੇ ਨਾਲ ਗੱਲਬਾਤ ਕੀਤੀ ਕਿ ਵੋਟਰ ਨੂੰ ਇਹ ਉਮੀਦ ਹੁੰਦੀ ਹੈ ਉਮੀਦਵਾਰ ਤੋਂ ਕਿ ਸਾਡੇ ਕੰਮ ਕੀਤੇ ਜਾਣ ਸਾਡਾ ਸਿੱਖਿਆ ਦਾ ਮਨਾਰ ਸਿਹਤ ਦਾ ਮਨਾਰ ਉੱਚਾ ਚੱਕਿਆ ਜਾਵੇ ਵੱਧ ਤੋਂ ਵੱਧ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਸਿੱਖਿਆ ਦਾ ਮਨਾਰ ਸਭ ਤੋਂ ਵਧੀਆ ਹੋਣਾ ਚਾਹੀਦਾ ਭਾਵੇਂ ਫ੍ਰੀ ਨਾ ਹੋਵੇ ਪਰ ਸਸਤਾ ਹੋਣਾ ਚਾਹੀਦਾ ਜਵਾਕਾਂ ਨੂੰ ਵਧੀਆ ਸਿੱਖਿਆ ਮਿਲੂਗੀ ਤਾਂ ਅੱਗੇ ਵੀ ਕਿਤੇ ਨਾ ਕਿਤੇ ਉਹ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ।